ਖਬਰਸਾਰ ਦੀ ਦੁਨੀਆਂ ਦੇ ਵਿਚ ਜੀ ਵਟਸਐਪ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਮਿਹਰਬਾਨੀ ਸੁਖਨੈਬ ਜੀ ਰੇਡੀਓ ਚੈਨਲ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬਹੁਤ ਮਿਹਰਬਾਨੀ ਵਟਸਐਪ ਜੁੜਨ ਦੇ ਵਾਸਤੇ ਬਹੁਤ ਧੰਨਵਾਦ ਤੁਹਾਡਾ ਪਰ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕੁਝ ਸਰੋਤੇ ਆ ਜਿਹੜੇ ਜਿਨ੍ਹਾਂ ਦਾ ਸਹਿਯੋਗ ਵੀ ਸਾਨੂੰ ਮਿਲਦਾ ਰਹਿੰਦਾ ਸਾਡੇ ਸਪਾਂਸਰ ਵੀ ਨੇ ਉਨ੍ਹਾਂ ਦੇ ਵਿਚੋਂ ਇਕ ਨਾਂ ਬੇਨ ਸਿੰਘ ਬਸਾਲ ਹੋਰਾਂ ਦਾ ਇਮੀਗ੍ਰੇਸ਼ਨ ਟਰੱਕ ਰਿਲੇਟਡ ਪੇਪਰ ਵਰਕ ਜੇ ਕੋਈ ਕਰਾਉਣਾ ਅਕਾਊਂਟਿੰਗ ਰਿਲੇਟਡ ਕੋਈ ਗੱਲਬਾਤ ਹੈ ਤਾਂ ਤਾਲਮੇਲ ਇਨ੍ਹਾਂ ਨਾਲ ਕਰ ਲਓ ਘਰ ਖਰੀਦਣਾ ਵੇਚਣਾ ਤੇ ਫੇਰ ਜ਼ਰੂਰਤ ਹੈ ਤੁਹਾਨੂੰ ਇਕ ਨਾਮ ਦੀ ਉਹ ਨਾਮ ਹੈ ਬੇਨ ਸਿੰਘ ਬਸਾਲ ਹੋਰਾਂ ਦਾ 317-809-1818 ਦੇ ਉੱਤੇ ਤਾਲਮੇਲ ਤੁਸੀਂ ਇਨ੍ਹਾਂ ਨੰਬਰਾਂ ਦੇ ਉੱਤੇ ਕਰ ਸਕਦੇ ਹੋ ਇਨ੍ਹਾਂ ਸੱਜਣਾਂ ਨਾਲ ਕਰ ਸਕਦੇ ਜੀ ਵਟਸਐਪ ਖਬਰਾਂ ਸਾਰਿਆਂ ਦੀ ਦੁਨੀਆਂ ਦੇ ਵੱਲ ਵਧੀਏ ਤੇ ਖਬਰਸਾਰ ਦੇ ਉੱਤੇ ਮਾਰ ਗਏ ਮੋਟੀ ਮੋਟੀ ਝਾਤ ਵੱਡੀ ਗੱਲ ਤੇ ਅਹਿਮ ਗੱਲ ਖਬਰ ਪਤਨੀਆਂ ਨੂੰ ਤੰਗ ਕਰਨ ਵਾਲੇ ਕਹਿੰਦੇ NRI ਹੈ ਉਹ ਸਾਵਧਾਨ ਹੋ ਜਾਣ ਜੀ ਸੁਖਨਾਬ ਜੀ ਬਹੁਤ ਸਾਰੇ ਪ੍ਰਵਾਸੀ ਪੰਜਾਬੀ 10 ਅਕਤੂਬਰ ਮਹੀਨੇ ਤੋਂ ਪੰਜਾਬ ਆਉਣੇ ਸ਼ੁਰੂ ਹੋ ਜਾਣਗੇ ਜੀ ਬਹੁਤ ਸਾਰਿਆਂ ਦੀ ਇੱਥੇ ਨਿਭਦੀ ਵੀ ਚੰਗੀ ਹੈ ਸੱਜਣਾ ਮਿੱਤਰਾਂ ਦੇ ਨਾਲ ਰਿਸ਼ਤੇਦਾਰੀਆਂ ਦੇ ਵਿੱਚ ਤੇ ਸਮਾਜਿਕ ਤੌਰ ਦੇ ਉੱਤੇ ਵੀ ਜੀ ਉਹ ਵੀ ਆਉਣ ਦੇ ਲਈ ਪੰਜਾਬ ਵੱਲ ਨੂੰ ਕਾਹਲੇ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਰਿਸ਼ਤੇਦਾਰ ਸੱਜਣ ਮਿੱਤਰ ਨੇ ਉਹ ਵੀ ਉਡੀਕਦੇ ਰਹਿੰਦੇ ਆ ਕਿ ਭਾਈ ਕਦੋਂ ਜੀ ਸਾਡੇ ਇਹ ਜਿਹੜੇ ਦਿਲਾਂ ਦੇ ਸਾਂਝੀਦਾਰ ਨੇ ਪੰਜਾਬ ਆਉਣ ਪਰ ਵਿੱਚ ਵਿਚਾਲੇ ਹਰੇਕ ਖੇਤਰ ਦੇ ਵਿੱਚ ਜਿਵੇਂ ਚੰਗੇ ਬੰਦੇ ਵੀ ਹੁੰਦੇ ਆ ਤੇ ਮੰਦੇ ਵੀ ਹੁੰਦੇ ਆ ਸੋ ਕੁਝ ਇੱਕ ਪ੍ਰਵਾਸੀ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦੀਆਂ ਕਾਰਵਾਈਆਂ ਕਰਦੇ ਰਹੇ ਆ ਜਿਹਦੇ ਨਾਲ ਕਿ ਪ੍ਰਵਾਸੀਆਂ ਦੇ ਨਾਂ ਨੂੰ ਗੱਤਾ ਲੱਗਦਾ ਰਿਹਾ ਜੀ ਪਿਛਲੇ ਦਿਨਾਂ ਦੇ ਵਿੱਚ ਕਈ ਐਸੀਆਂ ਕਮੇਟੀਆਂ ਵੀ ਬਣੀਆਂ ਕਈ ਸੰਸਥਾਵਾਂ ਵੀ ਬਣੀਆਂ ਜਿਹੜੀਆਂ ਸੰਸਥਾਵਾਂ ਕੇਵਲ ਤੇ ਕੇਵਲ ਇਸੇ ਗੱਲ ਦੇ ਉੱਤੇ ਆਧਾਰਿਤ ਸੀ ਕਿ ਜਿਹੜੀਆਂ ਪੰਜਾਬੀ ਔਰਤਾਂ ਪੰਜਾਬੀ ਮੁਟਿਆਰਾਂ ਪ੍ਰਵਾਸੀ ਲਾੜਿਆਂ ਤੋਂ ਪੀੜਿਤ ਨੇ ਉਹਨਾਂ ਦੀ ਗੱਲ ਕਰਦੀਆਂ ਸੰਸਥਾਵਾਂ ਸੀ ਹੁਣ ਹਰ ਇੱਕ ਤਰ੍ਹਾਂ ਦੇ ਲੋਕ ਨੇ ਭਾਵੇਂ ਬਹੁਤ ਆਤੇ ਦੇ ਵਿੱਚ ਲੂਣ ਦੇ ਬਰਾਬਰ ਇਹਨਾਂ ਦੀ ਗਿਣਤੀ ਹੈ ਜਿਹੜੇ ਇਧਰਲੇ ਪਾਸੇ ਵਿਆਹ ਕਰਾ ਕੇ ਤਾਂ ਫਿਰ ਉਹਨਾਂ ਪੰਜਾਬੀ ਮੁਟਿਆਰਾਂ ਨੂੰ ਛੱਡ ਜਾਂਦੇ ਆ ਜਾਂ ਉਹਨਾਂ ਦਾ ਸ਼ੋਸ਼ਣ ਕਰਦੇ ਆ ਪਰ ਫਿਰ ਵੀ ਇਹ ਮਸਲਾ ਜਿਹੜਾ ਗੰਭੀਰ ਹੈ ਭਾਵੇਂ 100 ਦੇ ਵਿੱਚੋਂ ਇੱਕ ਬੰਦਾ ਹੋਵੇ ਤੇ ਭਾਵੇਂ 10,000 ਦੇ ਵਿੱਚੋਂ ਇੱਕ ਪਿਛਲੇ ਸਮੇਂ ਦੇ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਹੋਰੀ ਵੀ ਇਸ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ ਬਹੁਤ ਚਰਚਿਤ ਹੋਏ ਜੀ ਉਹਨਾਂ ਦੀ ਜਿਹੜੀ ਪੁੱਤਰੀ ਹੈ ਬੀਬੀ ਅਮਨਜੋਤ ਕੌਰ ਰਾਮੂ ਵਾਲੀ ਆ ਉਹ ਵੀ ਵਿੱਚ ਵਿਚਾਲੇ ਕਦੇ ਕਦੇ ਸਰਗਰਮ ਹੋ ਜਾਂਦੇ ਆ ਹੁਣ ਹਾਲਾਤ ਇਹ ਨੇ ਕਿ ਪਹਿਲਾਂ ਤਾਂ ਕੋਈ ਖਾਸ ਇਸ ਸੰਬੰਧੀ ਕਾਨੂੰਨ ਨਹੀਂ ਸੀ ਪਰ ਹੁਣ ਇੱਕ ਕਾਨੂੰਨ ਜਿਹੜਾ ਉਹ ਬਣ ਜਾ ਰਿਹਾ ਜਿਹਦੇ ਨਾਲ ਕਿ ਪਤਨੀ ਨੂੰ ਪਰੇਸ਼ਾਨ ਕਰਨ ਵਾਲੇ ਜਾਂ ਪਤਨੀ ਨੂੰ ਕਥਿਤ ਤੌਰ ਦੇ ਉੱਤੇ ਜਿਹੜੇ ਛੱਡਣ ਵਾਲੇ ਪ੍ਰਵਾਸੀ ਨੇ ਵਿਸ਼ੇਸ਼ ਹਾਲਾਤਾਂ ਦੇ ਵਿੱਚ ਉਹਨਾਂ ਦਾ ਭਾਰਤੀ ਪਾਸਪੋਰਟ ਰੱਦ ਹੋ ਸਕਦਾ ਹੁਣ ਕੇਂਦਰ ਸਰਕਾਰ ਦੀ ਇੱਕ ਉੱਚ ਪੱਧਰੀ ਕਮੇਟੀ ਸੀ ਜਿਹਨੂੰ ਕੰਮ ਹੀ ਇਹ ਸੌਂਪਿਆ ਗਿਆ ਸੀ ਤੇ ਉਹਨੇ ਹੁਣ ਆਪਣੀ ਇਹ ਸਿਫਾਰਿਸ਼ ਕੀਤੀ ਹੈ ਇਹ ਜਾਣਕਾਰੀ ਮੁਤਾਬਕ NRIs ਵੱਲੋਂ ਪਤਨੀਆਂ ਨੂੰ ਛੱਡਣ ਦੇ ਮਾਮਲੇ ਵੱਧ ਰਹੇ ਸੀ ਇੱਥੇ ਬਹੁਤ ਸਾਰੀਆਂ ਮੁਟਿਆਰਾਂ ਨੇ ਪੂਰੇ ਭਾਰਤ ਦੇ ਵਿੱਚ ਜਿਹੜਾ ਸਰਕਾਰ ਤੱਕ ਬੇਨਤੀਆਂ ਪਹੁੰਚਾਈਆਂ ਹੋਈਆਂ ਸੀ ਕਿ ਭਾਈ ਆ ਵੇਖੋ ਪਹਿਲਾਂ ਵਿਦੇਸ਼ੋਂ ਆਏ ਸਾਡੇ ਨਾਲ ਵਿਆਹ ਕਰਾ ਲਿਆ ਤੇ ਹੁਣ ਉੱਥੇ ਜਾ ਕੇ ਟੈਲੀਫੋਨ ਵੀ ਨਹੀਂ ਕਰਦੇ ਤੇ ਨਾ ਕੋਈ ਪੈਸਾ ਧੇਲਾ ਭੇਜਦੇ ਆ ਨਾ ਅਸੀਂ ਇੱਧਰ ਜੋਗੀਆਂ ਤੇ ਨਾ ਅਸੀਂ ਉੱਧਰ ਜੋਗੀਆਂ ਐਸੇ ਸਾਲ ਮਈ ਦੇ ਵਿੱਚ ਭਾਰਤ ਸਰਕਾਰ ਦਾ ਜਿਹੜਾ ਵਿਦੇਸ਼ ਮੰਤਰਾਲਾ ਉਸ ਵਿਦੇਸ਼ ਮੰਤਰਾਲੇ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਕਰਨ ਦੇ ਲਈ ਇੱਕ ਕਮੇਟੀ ਬਣਾਤੀ ਕਮੇਟੀ ਦੀ ਅਗਵਾਈ ਦਿੱਤੀ ਸੇਵਾ ਮੁਕਤ ਜਸਟਿਸ ਅਰਵਿੰਦ ਕੁਮਾਰ ਗੋਇਲ ਨੂੰ ਅਰਵਿੰਦ ਕੁਮਾਰ ਗੋਇਲ ਦੀ ਕਮੇਟੀ ਨੇ ਪੂਰੇ ਭਾਰਤ ਦੇ ਵਿੱਚ ਕਦੇ ਕਿਤੇ ਜਾ ਕਦੇ ਕਿਤੇ ਜਾ ਪ੍ਰਵਾਸੀਆਂ ਦੀਆਂ ਗੱਲਾਂ ਵੀ ਸੁਣੀਆਂ ਪ੍ਰਵਾਸੀਆਂ ਤੋਂ ਪੀੜਿਤ ਲੋਕਾਂ ਦੀਆਂ ਗੱਲਾਂ ਵੀ ਕਾਨੂੰਨੀ ਮਾਹਿਰਾਂ ਦੀਆਂ ਵੀ ਸਮਾਜਿਕ ਲੀਡਰਾਂ ਦੀਆਂ ਵੀ ਤੇ ਹੁਣ ਅਰਵਿੰਦ ਕੁਮਾਰ ਗੋਇਲ ਸਾਹਿਬ ਦੀ ਅਗਵਾਈ ਵਾਲੀ ਇਸ ਉੱਚ ਪੱਧਰੀ ਕਮੇਟੀ ਨੇ ਜਿਹੜੀਆਂ ਆਪਣੀਆਂ ਸਿਫਾਰਿਸ਼ਾਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜੀਆਂ ਉਹਦੇ ਵਿੱਚ ਇਹ ਮਦ ਪਾਈ ਗਈ ਹੈ ਕਿ ਜੇ ਕੋਈ ਪ੍ਰਵਾਸੀ ਭਾਰਤੀ ਲਾੜਾ ਜਿਹੜਾ ਕਥਿਤ ਤੌਰ ਦੇ ਉੱਤੇ ਦੋਸ਼ੀ ਪਾਇਆ ਜਾਂਦਾ ਕਿ ਭਾਈ ਲੜਕੀ ਦਾ ਕਸੂਰ ਕੋਈ ਨਹੀਂ ਸੀ ਉਹਨੇ ਜਾਣ ਬੁੱਝ ਕੇ ਉਹਨੂੰ ਖੱਜਲ ਕਰਨ ਦੀ ਮਨਸ਼ਾ ਦੇ ਨਾਲ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਉਹਨੂੰ ਬਹੁਤ ਵੱਡਾ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਨਰਕ ਦੇ ਵਿੱਚ ਧੱਕਾ ਦੇ ਦਿੱਤਾ ਕਹਿੰਦੇ ਉਹਦਾ ਪਾਸਪੋਰਟ ਰੱਦ ਕਰ ਦਿੱਤਾ ਜਾਵੇ ਤੇ ਪ੍ਰਬੰਧ ਜੋੜ ਦਿਓ ਵਿੱਚ ਹੁਣ ਪਤਾ ਇਹ ਵੀ ਲੱਗਿਆ ਕਿ ਜੇ ਪਾਸਪੋਰਟ ਰੱਦ ਹੋਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਪ੍ਰਵਾਸੀ ਭਾਰਤੀ ਭਾਰਤ ਦੇ ਵਿੱਚ ਹੋਏਗਾ ਤਾਂ ਫਿਰ ਉਹ ਦੇਸ਼ ਛੱਡ ਕੇ ਨਹੀਂ ਜਾ ਸਕੇਗਾ ਜੇ ਉਹ ਵਿਦੇਸ਼ ਦੇ ਵਿੱਚ ਹੋਵੇਗਾ ਤਾਂ ਇਸ ਤਰੀਕੇ ਦਾ ਵੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨੂੰ ਫਿਰ ਭਾਰਤ ਲਿਆਂਦਾ ਜਾਵੇ ਅੱਜੇ ਤੱਕ ਪਾਸਪੋਰਟ ਕਾਨੂੰਨ ਦੀ ਧਾਰਾ 10.3 ਦੇ ਵਿੱਚ FIR ਦਰਜ ਹੋਣ ਜਾਂ ਅਦਾਲਤ ਦੇ ਹੁਕਮਾਂ ਦੇ ਉੱਤੇ ਹੀ ਜਿਹੜਾ ਪਾਸਪੋਰਟ ਰੱਦ ਕਰਨ ਦਾ ਪ੍ਰਬੰਧ ਹੈ ਪਰ ਜਾਗਰੂਕਤਾ ਦੀ ਕਮੀ ਹੈ ਉਧਰ ਦੇ ਪਾਸੇ ਨੂੰ ਕਦੇ ਬਹੁਤੀ ਜ਼ਿਆਦਾ ਜਿਹੜੀ ਗੱਲਬਾਤ ਹੁੰਦੀ ਨਹੀਂ ਸੀ ਪਰ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਵਿੱਚ ਹੁਣ ਪਾਸਪੋਰਟ ਰੱਦ ਕਰਨ ਦਾ ਜਿਹੜਾ ਮਾਹੌਲ ਹੈ ਉਹ ਸ਼ੁਰੂ ਦੇ ਵਿੱਚ ਇਹ ਹੋ ਸਕਦਾ ਹੈ ਤੇ ਦੂਸਰਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਵਿੱਚ ਇਹ ਵੀ ਗੱਲ ਜਿਹੜੀ ਉਹ ਲਿਖੀ ਗਈ ਹੈ
ਕਿ ਵੱਖ ਵੱਖ ਦੇਸ਼ਾਂ ਦੇ ਨਾਲ ਭਾਰਤ ਦੇ ਜਿਹੜੇ ਹਵਾਲਗੀ ਸਮਝੌਤੇ ਨੇ ਤੇ ਆਪਾਂ ਜਿਹੜੇ ਕ੍ਰਿਮੀਨਲ ਹੈ ਜਿਹੜੇ ਬਹੁਤ ਵੱਡੇ ਕੋਈ ਅਪਰਾਧੀ ਭਾਰਤ ਛੱਡ ਕੇ ਕਿਤੇ ਹੋਰ ਜਾ ਲੁਕੇ ਵਿਜੇ ਮਾਲੀਆ ਵਰਗੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਉਹਦੇ ਵਿੱਚ ਹੁਣ ਘਰੇਲੂ ਹਿੰਸਾ ਦੇ ਮਾਮਲੇ ਜਿਹੜੇ ਹੈ ਉਹਨਾਂ ਨੂੰ ਵੀ ਸ਼ਾਮਿਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘਰੇਲੂ ਹਿੰਸਾ ਦੇ ਕਰਕੇ ਜੇ ਕੋਈ ਪ੍ਰਵਾਸੀ ਆਪਣੀ ਧਰਮ ਪਤਨੀ ਨੂੰ ਭਾਰਤ ਦੇ ਵਿੱਚ ਛੱਡ ਕੇ ਜਾਂਦਾ ਉਹਨਾਂ ਦਾ ਨੁਕਸਾਨ ਜੇ ਪਤਨੀਆਂ ਦਾ ਹੁੰਦਾ ਤੇ ਉਸ ਪ੍ਰਵਾਸੀ ਭਾਰਤੀ ਨੂੰ ਭਾਰਤ ਲਿਆ ਕੇ ਹਵਾਲਗੀ ਸਮਝੌਤੇ ਦੇ ਤਹਿਤ ਇੱਥੇ ਮੁਕੱਦਮਾ ਚਲਾਇਆ ਜਾ ਸਕਦਾ। ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰਬੰਧ ਨਹੀਂ ਹੈ। ਹੁਣ ਜੇ ਕੇਂਦਰ ਸਰਕਾਰ ਉਸ ਕਮੇਟੀ ਦੀ ਸਿਫਾਰਿਸ਼ ਨੂੰ ਸੁਖਨੈਬ ਜੀ ਲਾਗੂ ਕਰਦੀ ਹੈ ਤਾਂ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਹਵਾਲਗੀ ਸਮਝੌਤੇ ਦੇ ਤਹਿਤ ਅਜਿਹੇ ਪ੍ਰਵਾਸੀ ਜਿਹੜੇ ਭਾਰਤੀ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਸਕਦਾ। ਹੁਣ ਬੀਬੀ ਸੁਸ਼ਮਾ ਸਵਰਾਜ ਤੇ ਉੱਧਰ ਮਹਿਲਾ ਵਿਕਾਸ ਮੰਤਰੀ ਬੀਬੀ ਮੇਨਕਾ ਗਾਂਧੀ ਉਹਨਾਂ ਦੋਵਾਂ ਨੇ ਬੜੀ ਇਹਦੇ ਵਿੱਚ ਦਿਲਚਸਪੀ ਲਈ ਕਿਉਂਕਿ ਇੱਕ ਵਿਦੇਸ਼ ਮੰਤਰੀ ਹੈ ਤੇ ਦੂਜੀ ਬੀਬੀਆਂ ਦੇ ਵਿਕਾਸ ਵਾਲਾ ਮੰਤਰਾਲਾ ਸਾਂਭਿਆ ਹੋਇਆ ਤੇ ਨਾਲ ਦੀ ਨਾਲ ਇਹ ਵੀ ਨਿਯਮ ਜਿਹੜਾ ਉਹ ਲਾਗੂ ਕੀਤਾ ਜਾ ਰਿਹਾ ਕਿ ਜੇ ਕਿਸੇ NRI ਨੇ ਭਾਰਤ ਦੇ ਵਿੱਚ ਆ ਕੇ ਵਿਆਹ ਕਰਾਇਆ ਤਾਂ ਤੁਰੰਤ ਉਹਦੀ ਰਜਿਸਟਰੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੋਏਗੀ। ਵਿਦੇਸ਼ ਦੇ ਵਿੱਚ ਉਹ ਕਿੱਥੇ ਰਹਿੰਦਾ ਹੈ ਕਿੱਥੇ ਕੰਮ ਕਰਦਾ ਉਹ ਸਾਰੇ ਅਤੇ ਪਤੇ ਜਿਹੜੇ ਨੇ ਉਹ ਮੈਰਿਜ ਦੀ ਰਜਿਸਟਰੇਸ਼ਨ ਵੇਲੇ ਜਿਹੜੇ ਉਹ ਦੇਣੇ ਜ਼ਰੂਰੀ ਹੋਣਗੇ ਤਾਂ ਜੋ ਭਵਿੱਖ ਦੇ ਵਿੱਚ ਜੇ ਕਿਤੇ ਕਾਨੂੰਨੀ ਸ਼ਿਕੰਜਾ ਉਹਦੇ ਉੱਤੇ ਕੱਸਣਾ ਪੈਂਦਾ ਤੇ ਉਹ ਜ਼ਰੂਰ ਕੱਸਿਆ ਜਾ ਸਕੇ। ਪਰ ਸੁਖਨੈਬ ਜੀ ਇਹਦੇ ਵਿੱਚ ਵੇਖਣ ਵਾਲੀ ਗੱਲ ਇੱਕ ਹੋਏਗੀ ਜਦੋਂ ਕਦੇ ਦਾਜ ਦਾ ਮਸਲਾ ਆਉਂਦਾ ਉਹਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਕਈ ਐਵੇਂ ਰਗੜੇ ਜਾਂਦੇ ਨੇ ਸ਼ਰੀਫ ਵੀ। ਹੁਣ ਇਸ ਕਾਨੂੰਨ ਨੇ ਕਿਉਂਕਿ ਭਾਰਤ ਦੇ ਵਿੱਚ ਲਾਗੂ ਹੋਣਾ ਭਾਰਤ ਦੇ ਵਿੱਚ ਲਾਗੂ ਹੋਣਾ ਤਾਂ ਕਿੰਨੇ ਕੁ ਬੰਦੇ ਫੜੇ ਜਾਣਗੇ ਜਿਹੜੇ ਸੱਚਮੁੱਚ ਔਰਤਾਂ ਦਾ ਸ਼ੋਸ਼ਣ ਕਰਨ ਦੀ ਮਨਸ਼ਾ ਦੇ ਨਾਲ ਹੀ ਕੰਮ ਕਰਦੇ ਆ। ਪਰ ਨਾਲ ਦੀ ਨਾਲ ਹੋ ਸਕਦਾ ਕਿ ਕੁਝ ਇੱਕ ਐਸੇ ਵੀ ਇਹਦੇ ਵਿੱਚ ਰਗੜੇ ਜਾਣ ਜਿਹਨਾਂ ਦੀ ਮਨਸ਼ਾ ਜਿਹੜੀ ਉਹਨਾਂ ਨੂੰ ਬਿਲਕੁਲ ਵੀ ਖੱਜਲ ਕਰਨ ਦੀ ਨਾ ਹੋਵੇ। ਪਰ ਕਈ ਵਾਰੀ ਇੱਧਰ ਵੀ ਇੱਕ ਦੋ ਪਰਿਵਾਰ ਇੱਦਾਂ ਦੇ ਟੱਕਰ ਜਾਂਦੇ ਆ ਜਿਹੜੇ ਪ੍ਰਵਾਸੀ ਪੰਜਾਬੀਆਂ ਦੀ ਛਿੱਲ ਲਾਉਣ ਦੇ ਲਈ ਵੀ ਕਾਰੋਬਾਰ ਚਲਾਈ ਦਿੱਤੇ। ਸਹੀ ਗੱਲ ਹੈ ਜੀ, ਇਹ ਵੱਡਾ ਮਾਮਲਾ ਰਹੂਗਾ ਜੀ ਜਿਹੜੇ ਮਗਰਲੀ ਗੱਲ ਤੁਸੀਂ ਆਖੀ ਹੈ ਕਿਉਂਕਿ ਕਾਰੋਬਾਰ ਤਾਂ ਸਾਰੇ ਤਰ੍ਹਾਂ ਦੇ ਚੱਲਦੇ ਤੇ ਦੁਨੀਆਂ ਦੇ ਹਰ ਮੁਲਕ ਚ ਕਾਰੋਬਾਰ ਪੰਜਾਬੀਆਂ ਦੇ। ਮਾੜ ਸਾਹਿਬ ਕਰੀਏ ਗੱਲ ਗੁਰੂ ਕੀ ਢਾਬ ਦੀ। ਕੱਲ ਮੈਂ ਵੀ ਦੇਖਿਆ ਸਟਿੱਕਰ ਤੇ ਸਟਿੱਕਰ, ਪੋਸਟਰ ਤੇ ਪੋਸਟਰ, ਗੱਡੀਆਂ ਤੇ ਗੱਡੀਆਂ ਸਿੱਧੀਆਂ ਜਾਣ ਗੁਰੂ ਕੀ ਢਾਬ ਨੂੰ, ਪਰ ਵੱਡਾ ਆਗੂ ਕੋਈ ਵੀ ਨੀ ਪਹੁੰਚਿਆ ਜੀ, ਨਾ ਬਾਦਲ ਸਾਹਿਬ ਤੇ ਨਾ ਕੋਈ ਹੋਰ। ਸੁਖਨਾਬ ਜੀ ਮੈਨੂੰ ਲੱਗਦਾ ਕਿ ਵਿਰੋਧ ਤੇ ਵਿਕਾਸ ਦੇ ਜਿਹੜੇ ਸਿਧਾਂਤ ਨੇ ਉੱਥੇ ਲਾਗੂ ਹੋਣਾ ਸੀ ਪਰ ਹੋ ਨੀ ਸਕਿਆ ਜੀ, ਕਿਉਂਕਿ ਆਪਾਂ ਪਹਿਲਾਂ ਬਾਬੇ ਬਕਾਲੇ ਦਾ ਮਸਲਾ ਵੇਖਿਆ, ਉਹਦੇ ਤੋਂ ਬਾਅਦ ਈਸੜੂ ਦਾ ਮਸਲਾ ਵੇਖਿਆ, ਫਿਰ ਪਿਛਲੇ ਦਿਨਾਂ ਦੇ ਵਿੱਚ ਤਰਨ ਤਾਰਨ ਸਾਹਿਬ ਦੇ ਨੇੜੇ ਵੀ ਇੱਕ ਕਾਨਫਰੰਸਾਂ ਦਾ ਬਹੁਤ ਵੱਡਾ ਯੱਗ ਜਿਹਾ ਹੋਇਆ ਜੀ। ਉੱਥੇ ਸਾਰੀਆਂ ਪਾਰਟੀਆਂ ਨੇ ਕਾਨਫਰੰਸਾਂ ਇਹਨਾਂ ਤਿੰਨਾਂ ਜਗ੍ਹਾ ਦੇ ਉੱਤੇ ਕੀਤੀਆਂ ਤੇ ਇੱਕ ਦੂਜੇ ਤੋਂ ਵੱਧ ਕੇ ਜ਼ੋਰ ਲਾਇਆ ਇੱਥੇ, ਕਿਉਂਕਿ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਵਾਲਿਆਂ ਨੇ ਗੁਰੂ ਕੀ ਢਾਬ ਵੱਲੋਂ ਐਤਕੀ ਕਾਨਫਰੰਸਾਂ ਦੇ ਰੂਪ ਦੇ ਵਿੱਚ ਮੂੰਹ ਨਹੀਂ ਕੀਤਾ ਜੀ। ਇਸ ਕਰਕੇ ਅਕਾਲੀ ਵੀ ਢਿੱਲੇ ਰਹੇ। ਜੇ ਤਾਂ ਅਕਾਲੀ ਦਲ ਨੂੰ ਇਹ ਪਤਾ ਹੁੰਦਾ ਕਿ ਭਾਈ ਆਮ ਆਦਮੀ ਪਾਰਟੀ ਵਾਲੇ ਆ ਕੇ ਆਪਣਾ ਤੰਬੂ ਗੱਡੀ ਜਾਂਦੇ ਆ, ਉਹਨਾਂ ਦੇ ਵਰਕਰ ਵੱਧ ਤੋਂ ਵੱਧ ਬੰਦਿਆਂ ਨੂੰ ਆਪਣੇ ਟੈਂਟ ਦੇ ਵਿੱਚ ਬਿਠਾਉਣ ਦੇ ਲਈ ਜਿਹੜਾ ਉਹ ਕੋਸ਼ਿਸ਼ ਕਰੀ ਜਾਂਦੇ ਆ, ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਭਾਰੀਆਂ ਬਣੀਆਂ ਹੋਣੀਆਂ ਸੀ। ਪਰ ਕਿਉਂਕਿ ਇੱਥੇ ਸਿਰਫ ਦੋ ਹੀ ਕਾਨਫਰੰਸਾਂ ਜਿਹੜੀਆਂ ਉਹ ਪ੍ਰਸਿੱਧ ਹੋਈਆਂ, ਇੱਕ ਅਕਾਲੀ ਦਲ ਅੰਮ੍ਰਿਤਸਰ ਦੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਤੇ ਦੂਸਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਇਹ ਬਹੁਤ ਲੰਬੇ ਸਮੇਂ ਬਾਅਦ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਸ ਵਾਰੀ ਬਹੁਤ ਨੇੜੇ ਪੰਡਾਲ ਲਾਉਣ ਦਾ ਮੌਕਾ ਮਿਲਿਆ, ਨਹੀਂ ਤਾਂ ਜਿੰਨੀ ਦੇਰ ਅਕਾਲੀ ਦਲ ਬਾਦਲ ਦੀ ਪੰਜਾਬ ਦੇ ਵਿੱਚ ਸਰਕਾਰ ਰਹੀ ਹੈ ਉਹ ਇਹਨਾਂ ਨੂੰ ਥਾਂ ਦੀ ਮਨਜ਼ੂਰੀ ਬਹੁਤ ਦੂਰ ਜਾ ਕੇ ਦਿੰਦੇ ਸੀ ਜੀ, ਤੇ ਇਹਨਾਂ ਨੇ ਹੁਣ ਲੰਬੇ ਸਮੇਂ ਬਾਅਦ ਕਿਉਂਕਿ ਕਪਤਾਨ ਸਾਹਿਬ ਦੀ ਸਰਕਾਰ ਹੈ ਜੀ, ਰਿਸ਼ਤੇਦਾਰਾਂ ਦੀ ਸਰਕਾਰ ਹੈ, ਹੁਣ ਉਹਨਾਂ ਨੇ ਨੇੜੇ ਜਿਹਾ ਜਾ ਕੇ ਜਿਹੜੀ ਇਹਨਾਂ ਨੂੰ ਥਾਂ ਦੇ ਦਿੱਤੀ ਤੇ ਹੈਰਾਨੀ ਦੀ ਗੱਲ ਹੈ ਕਿ ਦੋਵੇਂ ਕਾਨਫਰੰਸਾਂ ਦੇ ਵਿੱਚ ਇਕੱਠ ਤਕਰੀਬਨ ਇੱਕੋ ਜਿਹਾ ਜੀ। ਹੁਣ ਇਕੱਠ ਤਕਰੀਬਨ ਇੱਕੋ ਜਿਹਾ ਦਾ ਮਤਲਬ ਇਹ ਨੀ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਦੇ ਵਿੱਚ ਲੋਕਾਂ ਨੂੰ ਭਰੋਸਾ ਪੈਦਾ ਹੋਈ ਜਾਂਦਾ ਜੀ, ਇਕੱਠ ਦੀ ਬਰਾਬਰੀ ਦਾ ਮਸਲਾ ਇਹ ਨੀ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਦੁਆਰਾ ਉਭਾਰ ਦੇ ਵੱਲ ਹੈ, ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਬੜੀ ਥੱਲੇ ਲੱਗੀ ਹੋਈ ਸੀ ਕਿਉਂਕਿ ਉੱਥੇ ਪ੍ਰਚਾਰ ਤਾਂ ਇਹ ਕੀਤਾ ਜਾ ਰਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵੀ ਆਉਣਗੇ, ਲੋਕਾਂ ਨੂੰ ਦੱਸਿਆ ਹੀ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਵੀ ਆਉਣਗੇ, ਪ੍ਰਚਾਰ ਇਹ ਵੀ ਕੀਤਾ ਗਿਆ ਸੀ ਕਿ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਵੀ ਹਾਜ਼ਰੀ ਹੋਏਗੀ। ਉੱਥੇ ਚਰਚਾ ਤੇ ਇਹ ਵੀ ਚੱਲੀ ਜਾ ਰਹੀ ਸੀ ਪਿਛਲੇ 10-12 ਦਿਨਾਂ ਤੋਂ ਕਿ ਭਾਰਤੀ ਜਨਤਾ ਪਾਰਟੀ ਦੀ ਸੂਬਾ ਪੱਧਰੀ ਲੀਡਰਸ਼ਿਪ ਵੀ ਗੁਰੂ ਕੀ ਢਾਬ ਦੇ ਵਿੱਚ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਸ਼ਿਰਕਤ ਕਰੇਗੀ। ਪਰ ਹੋਇਆ ਕੀ, ਲਗਾਤਾਰ ਤੀਸਰੀ ਵਾਰ ਬਾਦਲ ਪਰਿਵਾਰ ਜਿਹੜਾ ਉਹ ਮੇਲੇ ਦੇ ਵਿੱਚੋਂ ਗੈਰ ਹਾਜ਼ਰ ਰਿਹਾ, ਨਾ ਪ੍ਰਕਾਸ਼ ਸਿੰਘ ਬਾਦਲ ਆਏ, ਨਾ ਸੁਖਬੀਰ ਸਿੰਘ ਬਾਦਲ ਆਏ, ਨਾ ਬਡੂੰਗਰ ਸਾਹਿਬ ਆਏ, ਨਾ ਭਾਰਤੀ ਜਨਤਾ ਪਾਰਟੀ ਦਾ ਕੋਈ ਛੋਟਾ ਵੱਡਾ ਲੀਡਰ ਜਿਹੜਾ ਇੱਥੇ ਅਪੜਿਆ। ਤੇ ਜਦੋਂ ਇਹ ਸਾਰੇ ਬੰਦੇ ਅਪੜੇ ਹੀ ਨਹੀਂ, ਉੱਥੇ ਦੋ ਬੰਦੇ ਸੀ, ਇੱਕ ਜਥੇਦਾਰ ਤੋਤਾ ਸਿੰਘ ਤੇ ਦੂਜੇ ਗੁਲਜ਼ਾਰ ਸਿੰਘ ਰਣੀਕੇ,
ਇਹੀ ਸਟਾਰ ਪ੍ਰਚਾਰਕ ਸੀ ਉੱਥੇ ਬੁਲਾ ਰਹੇ ਸੀ ਇਹਨਾਂ ਨੂੰ ਬੰਦਿਆਂ ਨੂੰ ਲੀਡਰਾਂ ਨੂੰ ਫਿਰ ਕਿੰਨੇ ਕੁ ਲੋਕਾਂ ਨੇ ਸੁਣਨਾ ਸੀ ਲੋਕੀ ਆਉਂਦੇ ਸੀ ਵੇਖਦੇ ਸੀ ਅੱਛਾ ਕੋਈ ਨਹੀਂ ਆਇਆ ਅੱਛਾ ਮੁੱਖ ਬੁਲਾਰੇ ਇਹ ਨੇ ਲੋਕੀ ਦੋ ਚਾਰ ਮਿੰਟ ਬੈਠ ਕੇ ਫਿਰ ਚਲੇ ਜਾਂਦੇ ਸੀ ਬਹੁਤਾ ਪੰਡਾਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਖਾਲੀ ਰਿਹਾ ਇੱਥੋਂ ਤੱਕ ਕਿ ਸੀਨੀਅਰ ਅਕਾਲੀ ਲੀਡਰਸ਼ਿਪ ਦੀ ਜਿਹੜੀ ਗੈਰ ਹਾਜ਼ਰੀ ਦੀ ਖਾਨਾ ਪੂਰਤੀ ਜਿਹੜੀ ਹੈ ਉਹ ਤੋਤਾ ਸਿੰਘ ਹੋਰਾਂ ਨੇ ਤੇ ਰਣੀਕੇ ਸਾਹਿਬ ਨੇ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਆਪਾਂ ਸਾਰਿਆਂ ਨੂੰ ਪਤਾ ਕਿ ਇਹਨਾਂ ਦੋਵਾਂ ਲੀਡਰਾਂ ਦੇ ਭਾਸ਼ਣਾਂ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਜਾਨ ਵੀ ਨਹੀਂ ਹੁੰਦੀ ਤੇ ਨਾ ਹੀ ਇਹਨਾਂ ਤੋਂ ਕੋਈ ਬਹੁਤ ਵੱਡੇ ਦੋਸ਼ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਲੱਗਣੇ ਸੀ ਇਸ ਕਰਕੇ ਕਾਨਫਰੰਸ ਫਿੱਕੀ ਰਹੀ ਪਰ ਇੱਕ ਜਿਹੜੀ ਗੱਲ ਅਕਾਲੀ ਦਲ ਦੀ ਕਾਨਫਰੰਸ ਦੀ ਥੋੜੀ ਜਿਹੀ ਚੇਤੇ ਰੱਖਣ ਵਾਲੀ ਹੈ ਪਿਛਲੀ ਵਾਰ ਜਦੋਂ ਸੁਖਨੈਬ ਜੀ ਇੱਥੇ ਕਾਨਫਰੰਸ ਹੋਈ ਹੈ ਉਦੋਂ ਅਕਾਲੀ ਦਲ ਦੇ ਲੀਡਰ ਜਿਹੜੇ ਸੂਬਾ ਸਿੰਘ ਬਾਦਲ ਹੈ ਉਹ ਬਿਲਕੁਲ ਗੈਰ ਹਾਜ਼ਰ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਅਕਾਲੀ ਦਲ ਚ ਉਭਾਰਿਆ ਜਾ ਰਿਹਾ ਜਦ ਕਿ ਦੂਸਰੇ ਪਾਸੇ ਐਤਕੀ ਸੂਬਾ ਸਿੰਘ ਬਾਦਲ ਨੇ ਸਾਰੀ ਕਾਨਫਰੰਸ ਦੇ ਪ੍ਰਬੰਧ ਕੀਤੇ ਸੂਬਾ ਸਿੰਘ ਬਾਦਲ ਨੇ ਸਾਰਾ ਕੁਝ ਕੀਤਾ ਇਸ ਕਰਕੇ ਸੂਬਾ ਸਿੰਘ ਬਾਦਲ ਵੀ ਚਾਹੁੰਦੇ ਸੀ ਕਿਉਂਕਿ ਵੱਡਾ ਅਕਾਲੀ ਲੀਡਰ ਆਵੇ ਤੇ ਮੈਂ ਇੱਥੇ ਚੰਗਾ ਇਕੱਠ ਕਰ ਲਾਂ ਸੀਟ ਅਗਲੀ ਵਾਰੀ ਵੀ ਪੱਕੀ ਹੋ ਜਾਏ ਐਤਕੀ ਤਾਂ ਬਹੁਤ ਬੁਰੇ ਤਰੀਕੇ ਦੇ ਨਾਲ ਹਾਰੇ ਪਰ ਜੇ ਉੱਧਰ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੱਕ ਗੱਲ ਬੜੀ ਵਿਸ਼ੇਸ਼ ਆਖੀ ਉਹ ਕਹਿੰਦੇ ਜੀ ਦੇਖੋ ਕਿਸਾਨ ਕਰਦੇ ਆ ਖੁਦਕੁਸ਼ੀਆਂ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਵੀ ਕਰਦੇ ਰਿਹਾ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਵੀ ਕਰੀ ਜਾਂਦੇ ਆ ਤੇ ਖੁਦਕੁਸ਼ੀਆਂ ਦੇ ਪਿੱਛੇ ਕਹਿੰਦੇ ਬਾਕੀ ਤਾਂ ਕਾਰਨ ਜਿਹੜੇ ਹੈਗੇ ਹੀ ਹੈਗੇ ਆ ਸਭ ਤੋਂ ਵੱਡਾ ਕਾਰਨ ਹੈ ਕਿ ਕੁਝ ਇੱਕ ਕਿਸਾਨ ਲੀਡਰ ਜਿਹੜੇ ਆ ਕਿਸਾਨਾਂ ਦੇ ਹਿੱਤ ਨੂੰ ਵੇਚ ਕੇ ਆਪਣੀ ਬੱਲੇ ਬੱਲੇ ਕਰਾਉਣ ਚ ਲੱਗੇ ਹੋਏ ਨੇ ਉਹਨਾਂ ਨੇ ਨਾਂ ਵੀ ਲੈਤੇ ਦੋ ਇੱਕ ਕਹਿੰਦੇ ਅਜਮੇਰ ਸਿੰਘ ਲੱਖੋਵਾਲਾ ਤੇ ਦੂਜੇ ਬਲਵੀਰ ਸਿੰਘ ਰਾਜੇਵਾਲਾ ਇਹ ਦੋਵੇਂ ਬੰਦੇ ਕਹਿੰਦੇ ਆਪਣੇ ਜੀ ਹੁਣ ਕਹਿੰਦੇ ਦੋਵੇਂ ਬੰਦੇ ਜਿਹੜੇ ਆ ਆਪਣੇ ਆਪ ਨੂੰ ਕਹਾਉਂਦੇ ਤਾਂ ਕਿਸਾਨਾਂ ਦੇ ਲੀਡਰ ਹੈ ਪਰ ਇਹ ਵੱਖੋ ਵੱਖ ਹਕੂਮਤਾਂ ਦੇ ਕੋਲ ਆਪਣਾ ਮੁੱਲ ਪਵਾ ਕੇ ਕਿਸਾਨਾਂ ਦੇ ਹਿੱਤਾਂ ਨੂੰ ਬਹੁਤ ਸਸਤੇ ਭਾਅ ਵੇਚ ਜਾਂਦੇ ਰਹੇ ਆ ਉਹ ਕਹਿੰਦੇ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਆਪਣੇ ਹਿੱਤ ਜਿਹੜੇ ਆ ਸੁਰੱਖਿਅਤ ਰੱਖਣ ਚੰਗੇ ਲੀਡਰਾਂ ਦੇ ਨਾਲ ਜੁੜਨ ਦੂਸਰੇ ਪਾਸੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਸਲਮਾਨ ਅਹੁਦੇਦਾਰ ਨੇ ਸਿੱਖ ਸੰਗਤ ਦਾ ਯਕੀਨ ਸਿੱਖ ਸੰਗਤ ਦਾ ਵਿਸ਼ਵਾਸ ਗੁਆ ਚੁੱਕੇ ਆ ਇਸ ਕਰਕੇ ਜਿੰਨੀ ਛੇਤੀ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੁਆਈਆਂ ਜਾਣੀਆਂ ਚਾਹੀਦੀਆਂ ਤਾਂ ਜੋ ਸੰਗਤ ਦੇ ਭਰੋਸੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਰੂਪ ਦੇ ਵਿੱਚ ਚੁਣਿਆ ਜਾ ਸਕੇ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜ਼ਿਕਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉਹਨਾਂ ਦਾ ਵੀ ਕੀਤਾ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਨੇ ਉਹਨਾਂ ਨੂੰ ਛੱਡਿਆ ਜਾਵੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਪਰ ਇਹ ਬਹੁਤ ਲੰਬੇ ਸਮੇਂ ਬਾਅਦ ਵੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਤੇ ਜਿਹੜੇ ਲੀਡਰ ਬੈਠੇ ਸੀ ਕੁਝ ਇੱਕ ਨੌਜਵਾਨ ਉਹਨਾਂ ਦੇ ਨਾਲ ਸੈਲਫੀਆਂ ਜਿਹੜੀਆਂ ਲੈਂਦੇ ਰਹੇ ਨਹੀਂ ਤਾਂ ਆਮ ਤੌਰ ਦੇ ਉੱਤੇ ਇਕੱਠ ਨੂੰ ਹੀ ਜਿਹੜਾ ਉਹ ਤਰਸਦੇ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਸੋ ਦੋ ਪਾਰਟੀਆਂ ਦੀ ਕਾਨਫਰੰਸ ਹੋਈ ਇਕੱਠ ਬਹੁਤਾ ਨਹੀਂ ਸੀ ਪਰ ਇੱਕ ਦੂਜੇ ਦੇ ਨਾਲ ਮੁਕਾਬਲਾ ਕਰਦੇ ਰਹੇ ਪਰ ਅਕਾਲੀ ਦਲ ਦੇ ਵਰਕਰ ਇਸ ਗੱਲੋਂ ਬੜੇ ਨਿਰਾਸ਼ ਤੇ ਬੜੇ ਪਰੇਸ਼ਾਨ ਸੀ ਇੱਕ ਪਾਸੇ ਤਾਂ ਕਹਿੰਦੇ ਕਿ ਜਬਰ ਵਿਰੋਧੀ ਲਹਿਰ ਚਲਾਉਣੀ ਹੈ ਅਸੀਂ ਵਰਕਰਾਂ ਦੇ ਅੰਗ ਸੰਗ ਖੜੇ ਹੋਣਾ ਕਿ ਜੇ ਇੱਥੇ ਮੁੱਖ ਵਿਰੋਧੀ ਪਾਰਟੀਆਂ ਨੇ ਆ ਕੇ ਕਾਨਫਰੰਸਾਂ ਨਹੀਂ ਕੀਤੀਆਂ ਤਾਂ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਬੁਰੀ ਤਰ੍ਹਾਂ ਗੈਰ ਹਾਜ਼ਰ ਰਹੀ ਹੈ ਵਟਸਐਪ ਕੈਪਟਨ ਸਾਹਿਬ ਨੇ ਰੱਦ ਕਰਤੇ ਜੀ ਕਹਿੰਦੇ ਵਿਰੋਧੀ ਪਾਰਟੀਆਂ ਦੇ ਸਾਰੇ ਅੰਕੜੇ ਸੁਖਨੈਬ ਜੀ ਬੜੀ ਅਜੀਬੋ ਗਰੀਬ ਜੀ ਕਹਾਣੀ ਹੈ ਮਸਲਾ ਇੱਕ ਵਾਰੀ ਫਿਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਰਦੇ ਕਿਵੇਂ ਹੈ ਆਪਣੀਆਂ ਗਲਤੀਆਂ ਦੇ ਕਰਕੇ ਢਾਂਚੇ ਦੀ ਜਿਹੜੀ ਬੇਰੁਖੀ ਦੇ ਕਰਕੇ ਸਰਕਾਰਾਂ ਦੇ ਝੂਠ ਦੇ ਕਰਕੇ ਕਿਵੇਂ ਕਰਦੇ ਆ ਉਹ ਇੱਕ ਵੱਖਰੀ ਗੱਲ ਹੈ ਜੀ ਪਰ ਇਹ ਤਾਂ ਗੱਲ ਹੈਗੀ ਹੈ ਨਾ ਕਿ ਕਿਸਾਨ ਮਰ ਰਿਹਾ ਉਹ ਕਿਸੇ ਘਰੇਲੂ ਸਮੱਸਿਆ ਕਰਕੇ ਮਰਦਾ ਉਹ ਕਰਜ਼ੇ ਕਰਕੇ ਮਰਦਾ ਪਰ ਸੱਥਰ ਤਾਂ ਵਿਛਿਆ ਹੋਇਆ ਨਾ ਸਾਡੇ ਲੀਡਰ ਵੀ ਕਹਿੰਦੇ ਆ ਕਿ ਕਿਸਾਨ ਖੁਦਕੁਸ਼ੀ ਕਰੀ ਜਾਂਦਾ ਪਰ ਹੈਰਾਨੀ ਦੀ ਗੱਲ ਹੈ ਕਿ ਲੀਡਰਾਂ ਦੇ ਵੈਨ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਕਿਸਾਨਾਂ ਦੇ ਵੈਨ ਨੇ ਉਹ ਲੀਡਰਾਂ ਦੇ ਮਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਾ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਵਿਛੇ ਹੋਏ ਸੱਥਰਾਂ ਨੂੰ ਅੰਕੜਿਆਂ ਦੇ ਤੋਲ ਦੇ ਰੂਪ ਦੇ ਵਿੱਚ ਤੋਲਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲੇ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਅੰਕੜੇ ਲੋਕਾਂ ਦੇ ਨਾਲ ਸਾਹਮਣੇ ਕਰਦੇ ਆ ਜੀ ਦੇਖੋ ਪਿਛਲੀ ਸਰਕਾਰ ਵੇਲੇ ਅਕਾਲੀ ਕਹਿੰਦੇ ਕਿ ਘੱਟ ਖੁਦਕੁਸ਼ੀਆਂ ਹੁੰਦੀਆਂ ਸੀ ਜਦੋਂ ਦਾ ਤੁਸੀਂ ਕਪਤਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਕਿਸਾਨਾਂ ਦੇ ਪੱਲੇ ਹੀ ਕੱਖ ਨਹੀਂ ਰਿਹਾ ਖੁਦਕੁਸ਼ੀਆਂ ਡੁੱਬਣੀਆਂ ਹੋ ਗਈਆਂ ਆਮ ਆਦਮੀ ਪਾਰਟੀ ਦੇ ਲੀਡਰ ਆਉਂਦੇ ਸੀ ਉਹ ਕਹਿੰਦੇ ਜੀ ਆ ਵੇਖੋ ਸਾਡੇ ਕੋਲ ਲਿਸਟ ਪਈ ਹੈ ਕੈਪਟਨ ਸਾਹਿਬ ਕਹਿੰਦੇ ਸੀ ਕਿ ਕਰਜ਼ਾ ਮਾਫ਼ ਕਰ ਦਿਆਂਗੇ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਪਰ ਸਾਨੂੰ ਪਤਾ ਕਿ ਪਹਿਲਾਂ ਨਾਲੋਂ ਵੀ ਵੱਧ ਗਿਆ ਪਹਿਲੇ ਵੀ ਮਾੜੇ ਸੀ ਤੇ ਉਦੋਂ ਵੀ ਮਾੜੇ ਨੇ ਤੇ ਹੁਣ ਇੰਗਲੈਂਡ ਤੋਂ ਵਾਪਸ ਪਰਤ ਕੇ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਪਾਰਟੀਆਂ ਦੇ ਇਹਨਾਂ ਸਾਰੇ ਦਾਅਵਿਆਂ ਦਾ ਖੰਡਨ ਕਰ ਦਿੱਤਾ ਤੇ ਅੰਕੜਿਆਂ ਦੇ ਹਿਸਾਬ ਕਿਤਾਬ ਦੇ ਨਾਲ ਉਹਨਾਂ ਨੂੰ ਗਲਤ ਠਹਿਰਾਉਣ ਦੀ ਆਪਣੇ ਵੱਲੋਂ ਪੂਰਨ ਰੂਪ ਦੇ ਵਿੱਚ ਕੋਸ਼ਿਸ਼ ਕੀਤੀ ਪਹਿਲੀ ਗੱਲ ਕਪਤਾਨ ਸਾਹਿਬ ਕਹਿੰਦੇ ਕਿ ਜੇ ਕਿਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਕਰਕੇ ਕੋਡ ਆਫ ਕੰਡਕਟ ਨਾ ਲੱਗਦਾ ਤਾਂ ਅੱਜ ਨੂੰ ਅਸੀਂ
ਕਰਜ਼ਾ ਮਾਫ਼ੀ ਦਾ ਨੋਟੀਫਿਕੇਸ਼ਨ ਹੀ ਜਾਰੀ ਕਰ ਦੇਣਾ ਸੀ, ਕਿਸਾਨਾਂ ਨੂੰ ਆਪੇ ਪਤਾ ਲੱਗ ਜਾਣਾ ਸੀ ਕਿ ਅਸੀਂ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਬਹੁਤ ਗੰਭੀਰ ਆ। ਦੂਜੀ ਗੱਲ, ਉਹ ਕਹਿੰਦੇ ਕੋਈ ਗੱਲ ਨੀ, 15 ਅਕਤੂਬਰ ਦੇ ਵਿੱਚ ਕਿਹੜਾ ਗੋਡੇ ਆ, ਨਤੀਜਾ ਉਸ ਦਾ ਜਿਹੜਾ ਕੋਡ ਆਫ ਕੰਡਕਟ ਹੱਟ ਜਾਣਾ ਤੇ ਅਸੀਂ ਤੁਰੰਤ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਿਆਂਗੇ। ਬਿਲਕੁਲ ਤਿਆਰ ਪਿਆ। ਹੁਣ ਤੋਂ ਤਕਰੀਬਨ 15 ਘੰਟੇ ਬਾਅਦ ਸੁਖਨੈਬ ਜੀ ਪੰਜਾਬ ਕੈਬਨਿਟ ਦੀ ਮੀਟਿੰਗ ਹੈ, ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੇ ਮੁੱਦੇ ਨੂੰ ਰਸਮੀ ਤੌਰ ਤੇ ਪ੍ਰਵਾਨਗੀ ਮਿਲਣ ਦੀ ਸੰਭਾਵਨਾ, ਹਾਲਾਂਕਿ ਲੰਘੀ 4 ਸਤੰਬਰ ਨੂੰ ਇਹ ਪ੍ਰਵਾਨਗੀ ਮਿਲ ਜਾਣੀ ਚਾਹੀਦੀ ਸੀ, ਪਰ ਇਹ ਮੌਕੇ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਮਸਲਾ ਜਿਹੜਾ ਸਿਰ ਚੜ ਕੇ ਬੋਲ ਰਿਹਾ ਸੀ, ਇਸ ਕਰਕੇ ਪੋਸਟਪੋਨ ਕਰ ਦਿੱਤਾ ਗਿਆ ਕਿ ਭਾਈ ਇਹ ਕੰਮ ਅਗਲੀ ਵਾਰੀ ਵਿਚਾਰਾਂਗੇ। ਹੁਣ ਕੱਲ ਨੂੰ ਇਹ ਮਸਲਾ ਵਿਚਾਰਿਆ ਜਿਹੜਾ ਰਸਮੀ ਤੌਰ ਤੇ ਪ੍ਰਵਾਨਗੀ ਵੀ ਮਿਲ ਸਕਦੀ ਹੈ, ਪਰ ਫਿਰ ਵੀ 15 ਅਕਤੂਬਰ ਤੱਕ ਪੰਜਾਬ ਦੇ ਕਿਸਾਨ ਨੂੰ ਇੰਤਜ਼ਾਰ ਕਰਨਾ ਪਏਗਾ। ਦੂਜੇ ਪਾਸੇ ਕਪਤਾਨ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਇਹ ਹੈ ਕਿ ਜੇ ਕੋਈ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰਦਾ ਤਾਂ ਬਹੁਤ ਦੁਖਦਾਇਕ ਗੱਲ ਹੁੰਦੀ ਹੈ, ਮੈਂ ਉਹਨਾਂ ਦੀਆਂ ਭਾਵਨਾਵਾਂ ਸਮਝ ਰਿਹਾ। ਦੂਜੇ ਪਾਸੇ ਪਰ ਉਹ ਕਹਿੰਦੇ ਕਿ ਮੈਂ ਨੀ ਸੀ ਚਾਹੁੰਦਾ ਕਿ ਮੈਂ ਨੰਬਰ ਗੇਮ ਦੇ ਵਿੱਚ ਉਲਝਾਂ, ਮੈਂ ਅੰਕੜਿਆਂ ਦੀ ਗਿਣਤੀ ਮਿਣਤੀ ਦੇ ਵਿੱਚ ਉਲਝਾਂ, ਮੈਂ ਕੰਮ ਕਰਨਾ ਚਾਹੁੰਦਾ। ਪਰ ਉਹ ਕਹਿੰਦੇ ਜਿਸ ਤਰੀਕੇ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਝੂਠੇ ਅੰਕੜੇ ਸਾਹਮਣੇ ਰੱਖਣੇ ਸ਼ੁਰੂ ਕੀਤੇ ਆ, ਉਹਦੇ ਕਰਕੇ ਮੈਨੂੰ ਅੰਕੜੇ ਜਿਹੜੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਦੇ ਲਈ ਮਜਬੂਰ ਹੋਣਾ ਪਿਆ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਿਸਾਨ ਖੁਦਕੁਸ਼ੀਆਂ ਦਾ ਅਸਲ ਸੱਚ ਪਤਾ ਲੱਗ ਸਕੇ। ਹੁਣ ਉਹਨਾਂ ਨੇ ਕੀ ਕਿਹਾ, ਉਹ ਕਹਿੰਦੇ ਜੀ ਦੇਖੋ ਜਿਹੜੇ ਬੰਦੇ ਕਹਿੰਦੇ 300 ਕਿਸਾਨ ਖੁਦਕੁਸ਼ੀ ਕਰ ਗਿਆ, ਮੇਰੇ ਮੁੱਖ ਮੰਤਰੀ ਬਣ ਤੋਂ ਬਾਅਦ 250 ਕਰ ਗਿਆ, ਬਿਲਕੁਲ ਗਲਤ ਹੈ। ਪਿਛਲੇ 6 ਮਹੀਨਿਆਂ ਦੇ ਵਿੱਚ ਉਹ ਕਹਿੰਦੇ ਸਿਰਫ 131 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਉਹਨਾਂ ਨੇ ਵੀ ਕਿਹਾ। ਉਹ ਕਹਿੰਦੇ ਪਿਛਲੇ 2016 ਦੇ ਵਿੱਚ 1 ਮਾਰਚ ਤੋਂ ਲੈ ਕੇ ਸਤੰਬਰ ਤੱਕ 153 ਕਿਸਾਨਾਂ ਦੀਆਂ ਖੁਦਕੁਸ਼ੀਆਂ ਸੀ, ਇਸ ਸਾਲ ਇਹਨਾਂ ਮਹੀਨਿਆਂ ਦੇ ਵਿੱਚ 131 ਖੁਦਕੁਸ਼ੀਆਂ ਨੇ, ਪਿਛਲੀ ਵਾਰ ਨਾਲੋਂ ਘੱਟ ਹੈ। ਕਹਿਣ ਦਾ ਭਾਵ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਦੇ ਖੁਦਕੁਸ਼ੀ ਦੇ ਮੁੱਦੇ ਤੇ ਜਿਹੜੇ ਅੰਕੜੇ ਸਾਹਮਣੇ ਰੱਖੇ ਆ, ਉਹਦੇ ਤੋਂ ਸੁਖਨੈਬ ਜੀ ਇੱਕੋ ਹੀ ਗੱਲ ਸਾਬਿਤ ਹੁੰਦੀ ਹੈ ਕਿ ਕਪਤਾਨ ਸਾਹਿਬ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਮੈਂ ਇਹ ਕਿਤੇ ਸਾਬਿਤ ਕਰਦਾ ਕਿ ਬਾਦਲ ਸਾਹਿਬ ਦੇ ਕਾਰਜਕਾਲ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਖੁਦਕੁਸ਼ੀਆਂ ਵੱਧ ਹੋਈਆਂ ਸੀ ਤੇ ਮੇਰੀ ਵਾਰੀ ਘੱਟ ਹੋਈਆਂ, ਪਰ ਇੱਕ ਵੀ ਕਦਮ ਨਾ ਬਾਦਲ ਸਾਹਿਬ ਦੀ ਸਰਕਾਰ ਨੇ ਨਾ ਕਪਤਾਨ ਸਾਹਿਬ ਦੀ ਸਰਕਾਰ ਨੇ ਇਸ ਪਾਸੇ ਵੱਲ ਨਹੀਂ ਚੁੱਕਿਆ ਜਿਹਦੇ ਨਾਲ ਕਿ ਪੰਜਾਬ ਦੇ ਕਿਸਾਨ ਦੇ ਉਹਨਾਂ ਹਾਲਾਤਾਂ ਨੂੰ ਬਦਲਿਆ ਜਾਵੇ ਜਿਹਦੇ ਨਾਲ ਕਿ ਉਹ ਅਸਲ ਦੇ ਵਿੱਚ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੁੰਦੇ ਆ। ਤੇ ਜਦੋਂ ਤੱਕ ਅਸੀਂ ਜੜ ਨਹੀਂ ਪੱਟਾਂਗੇ, ਉੱਪਰੋਂ ਬੂਟਾ ਜਿੰਨਾ ਮਰਜ਼ੀ ਛਾਂਗੀ ਜਾਈਏ ਪੱਤੇ ਕੱਲ੍ਹ ਨੂੰ ਫਿਰ ਨਿਕਲੇ ਆਉਣੇ ਆ। ਕਪਤਾਨ ਸਾਹਿਬ 2 ਲੱਖ ਕਰਜ਼ਾ ਮਾਫ਼ ਕਰ ਦੇਣ, 2.5 ਕਰ ਦੇਣ, 3-3 ਲੱਖ ਰੁਪਇਆ ਕਰ ਦੇਣ, ਕਰਜ਼ਾ 2 ਸਾਲਾਂ ਦੇ ਵਿੱਚ ਫਿਰ ਉਹਨਾਂ ਚੜ ਜਾਣਾ। ਮਸਲਾ ਤਾਂ ਪੰਜਾਬ ਦੇ ਕਿਸਾਨ ਨੂੰ ਫਸਲ ਦੇ ਪੂਰੇ ਮੁੱਲ ਮਿਲਣ ਦਾ, ਮਸਲਾ ਤਾਂ ਪੰਜਾਬ ਦੇ ਕਿਸਾਨ ਦੀ ਫਸਲ ਦੇ ਉੱਤੇ ਵੱਧ ਰਹੀ ਲਾਗਤ ਨੂੰ ਜਿਹੜਾ ਉਹ ਘੱਟ ਕਰਨ ਦਾ, ਮਸਲਾ ਤਾਂ ਪੰਜਾਬ ਦੇ ਕਿਸਾਨ ਦੀ ਫਸਲ ਨੂੰ ਮੰਡੀ ਦੇ ਵਿੱਚ ਰੁਲ ਨੂੰ ਬਚਾਉਣ ਦਾ, ਮਸਲਾ ਤਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਬੇਵਜ੍ਹਾ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ਉਹਦੇ ਤੋਂ ਕਿਸਾਨ ਨੂੰ ਬਚਾਉਣ ਦਾ। ਤੇ ਜੇ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਬਾਦਲ ਸਾਹਿਬ ਨੇ ਵੀ ਧਿਆਨ ਨਹੀਂ ਦਿੱਤਾ, ਹੁਣ ਕਪਤਾਨ ਸਾਹਿਬ ਵੀ ਨਾ ਦੇਣਗੇ। ਅੰਕੜਿਆਂ ਦੇ ਵਿੱਚ ਭਾਵੇਂ ਉਹ ਜਿੱਤ ਜਾਣ ਭਾਵੇਂ ਇਹ ਜਿੱਤ ਜਾਣ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਮਸਲਾ ਤਾਂ ਕਿਸਾਨਾਂ ਦੇ ਘਰਾਂ ਦੇ ਵਿੱਚ ਵਿਛੇ ਹੋਏ ਸੱਥਰਾਂ ਨੂੰ ਇਕੱਠੇ ਕਰਾਉਣ ਦਾ। ਉਧਰਲੇ ਪਾਸੇ ਨੂੰ ਸਾਡੇ ਲੀਡਰਾਂ ਦਾ ਧਿਆਨ ਕੋਈ ਨੀ, ਨਾ ਮਜ਼ਦੂਰਾਂ ਦੇ ਕੱਲ ਨੂੰ ਮਾੜਾ ਮੋਟਾ ਵੀ ਇਹਨਾਂ ਦਾ ਧਿਆਨ ਹੈ। ਮਜ਼ਦੂਰ ਵੀ ਕਹਿੰਦੇ ਕਿ ਭਾਈ ਸਾਡੇ ਸਿਰ 1,00,000 ਰੁਪਇਆ ਪ੍ਰਤੀ ਪਰਿਵਾਰ ਕਰਜ਼ਾ ਹੋ ਗਿਆ, ਅਸੀਂ ਦੇਣਾ ਕਿੱਥੋਂ। ਨਾਲ ਦੀ ਨਾਲ ਕਪਤਾਨ ਸਾਹਿਬ ਕਹਿੰਦੇ ਜੀ ਦੇਖੋ ਅਸੀਂ 3,11,000 ਤੇ 311 ਲੱਖ ਰੁਪਇਆ ਮੁਆਵਜ਼ਾ ਦੇ ਚੁੱਕੇ ਹਾਂ ਉਹਨਾਂ ਕਿਸਾਨਾਂ ਨੂੰ ਜਿਹੜੇ ਖੁਦਕੁਸ਼ੀ ਕਰ ਗਏ, ਉਹਨਾਂ ਦੇ ਪਰਿਵਾਰਾਂ ਨੂੰ ਪੈਸੇ ਦੇ ਵੀ ਦਿੱਤੇ, ਪਿਛਲੀ ਸਰਕਾਰ ਨੇ ਤਾਂ ਕਹਿੰਦੇ ਬਹੁਤ ਘੱਟ ਦਿੱਤੇ ਸੀ। ਚਲੋ ਠੀਕ ਹੈ ਕਪਤਾਨ ਸਾਹਿਬ ਤੁਸੀਂ ਪੈਸੇ ਦਿੱਤੇ, ਤੁਹਾਡਾ ਧੰਨਵਾਦ। ਬੱਚਿਆਂ ਦੇ ਮੂੰਹ ਦੇ ਵਿੱਚ ਰੋਟੀ ਟੁੱਕ ਪਏਗਾ, ਹੋ ਸਕਦਾ ਕਿ ਉਹਨਾਂ ਪਰਿਵਾਰਾਂ ਦਾ ਕੋਈ ਬੱਚਾ ਜਿਹੜਾ ਪੜ੍ਹਾਈ ਕੋਲੋਂ ਵਾਂਝਾ ਰਹਿਣ ਦੀ ਸੰਭਾਵਨਾ ਸੀ ਉਹਨੂੰ ਪੜ੍ਹਾਈ ਮਿਲ ਜਾਏ, ਪਰ ਨਾਲ ਦੀ ਨਾਲ ਕਪਤਾਨ ਸਾਹਿਬ ਨੇ ਉਹਨਾਂ ਪਰਿਵਾਰਾਂ ਦੀ ਗਿਣਤੀ ਨਹੀਂ ਦਿੱਤੀ ਜਿਹੜੇ ਪਰਿਵਾਰ ਕਹਿੰਦੇ ਆ ਕਿ ਸਾਡਾ ਜਿਹੜਾ ਘਰ ਦਾ ਜੀ ਖੁਦਕੁਸ਼ੀ ਕਰ ਗਿਆ, ਕਰਜ਼ੇ ਕਰਕੇ ਕਰ ਗਿਆ, ਪਰ ਸਰਕਾਰ ਦੀਆਂ ਸ਼ਰਤਾਂ ਜਿਹੜੀਆਂ ਇੰਨੀਆਂ ਸਖਤ ਨੇ ਕਿ ਉਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਕਦੇ ਪੋਸਟਮਾਰਟਮ ਦੀ ਗੱਲ ਹੈ, ਕਦੇ FIR ਦੀ ਗੱਲ ਹੈ, ਕਦੇ ਕਰਜ਼ਾ ਜਿਹੜਾ ਉਹ ਸਾਬਿਤ ਕਰਨ ਦੀ ਗੱਲ ਹੈ ਕਿ ਜਿਹੜਾ ਬੰਦਾ ਸਾਡੇ ਪਰਿਵਾਰ ਦੇ ਵਿੱਚੋਂ ਗਿਆ ਅਸਲ ਦੇ ਵਿੱਚ ਉਹਨੇ ਖੇਤੀਬਾੜੀ ਦੇ ਲਈ ਹੀ ਕਰਜ਼ਾ ਲਿਆ ਹੋਇਆ ਸੀ। ਦੂਜੇ ਪਾਸੇ ਪੱਤਰਕਾਰ ਭਾਈਚਾਰਾ ਭੱਜਿਆ ਗਿਆ ਸੁਖਪਾਲ ਸਿੰਘ ਖਹਿਰਾ ਦੇ ਕੋਲ ਕੇ, ਖਹਿਰਾ ਸਾਹਿਬ ਆਹ ਵੇਖੋ ਕਪਤਾਨ ਸਾਹਿਬ ਨੇ ਹਵਾ ਕੱਢ ਦਿੱਤੀ ਫੜ ਕੇ ਸਾਰੀ, ਤੁਸੀਂ ਤਾਂ ਕਹਿੰਦੇ ਸੀ ਇੰਨੀਆਂ ਖੁਦਕੁਸ਼ੀਆਂ ਆਉਂਦੀਆਂ ਖੁਦਕੁਸ਼ੀਆਂ, ਉਹ ਕਹਿੰਦੇ ਖੁਦਕੁਸ਼ੀਆਂ 131 ਤੋਂ ਬਾਅਦ ਇੱਕ ਵੀ ਨਹੀਂ। ਸੁਖਪਾਲ ਸਿੰਘ ਖਹਿਰਾ ਕਹਿੰਦੇ ਕੋਈ ਗੱਲ ਨੀ, ਤੁਸੀਂ ਗੱਲ ਕਪਤਾਨ ਸਾਹਿਬ ਦੀ ਸੁਣੀ ਹੈ ਤਾਂ ਚੰਗਾ ਹੋਇਆ। ਉਹਨਾਂ ਨੇ ਨਾਲ ਹੀ ਇੱਕ ਲਿਸਟ ਕੱਢ ਕੇ ਜਿਹੜੀ ਸਾਹਮਣੇ ਰੱਖ ਦਿੱਤੀ, ਉਹ ਕਹਿੰਦੇ ਕਪਤਾਨ ਸਾਹਿਬ ਕਹਿੰਦੇ 6 ਮਹੀਨਿਆਂ ਚ 131 ਖੁਦਕੁਸ਼ੀਆਂ, ਆਹ ਲਓ ਫੜੋ 1 ਜੁਲਾਈ ਤੋਂ 18 ਸਤੰਬਰ ਤੱਕ ਦੇ 2.5 ਮਹੀਨਿਆਂ ਦੇ ਵਿੱਚ 116 ਖੁਦਕੁਸ਼ੀਆਂ ਦੀ ਲਿਸਟ ਤੁਹਾਨੂੰ ਮੈਂ ਦਿੰਦਾ। ਉਹਦੇ ਵਿੱਚ ਖੁਦਕੁਸ਼ੀ ਕਰਨ ਵਾਲੇ ਬੰਦੇ ਦਾ ਨਾਂ, ਖੁਦਕੁਸ਼ੀ ਕਰਨ ਦੀ ਤਰੀਕ, ਉਹਦੇ ਬਾਪੂ ਦਾ ਨਾਂ, ਉਹਦੇ ਘਰ ਦਾ ਪਤਾ, ਸਾਰਾ ਕੁਝ ਜਿਹੜਾ ਸੁਖਪਾਲ ਸਿੰਘ ਖਹਿਰਾ ਦੁਆਰਾ ਤਿਆਰ ਕੀਤੀ ਗਈ ਸੂਚੀ ਦਾ ਹਿੱਸਾ ਸੀ। ਉਹ ਕਹਿੰਦੇ ਆ ਵੇਖੋ ਤੁਸੀਂ ਜਾਣਾ ਤੁਸੀਂ ਚਲੇ ਜਾਓ,
ਕਪਤਾਨ ਸਾਹਿਬ ਨੇ ਜਾਣਾ, ਕਪਤਾਨ ਸਾਹਿਬ ਜਾ ਕੇ ਇਹਨਾਂ ਘਰਾਂ ਦੇ ਵਿੱਚ ਪੁੱਛ ਲੈਣ ਕਿ ਢਾਈਆਂ ਮਹੀਨਿਆਂ ਦੇ ਵਿੱਚ ਇਹਨਾਂ 116 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਕਿ ਨਹੀਂ ਕੀਤੀ। ਉਹ ਕਹਿੰਦੇ ਅਸੀਂ ਤਿਆਰ ਕਰ ਰਹੇ ਹਾਂ, ਸਾਡੇ ਕੋਲ 250 ਦਾ ਅੰਕੜਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 250 ਕਿਸਾਨ ਖੁਦਕੁਸ਼ੀ ਕਰ ਚੁੱਕਿਆ, ਤੇ ਜੇ ਕਪਤਾਨ ਸਾਹਿਬ ਕਹਿੰਦੇ ਮੇਰੇ ਸਵਾਲਾਂ ਨੂੰ, ਮੇਰੇ ਜਵਾਬਾਂ ਨੂੰ, ਮੇਰੇ ਅੰਕੜਿਆਂ ਨੂੰ ਗਲਤ ਹੈ ਤਾਂ ਲੋਕਾਂ ਦੇ ਸਾਹਮਣੇ ਮੇਰੇ ਨਾਲ ਸਮਾਂ ਤੇ ਸਥਾਨ ਨਿਸ਼ਚਿਤ ਕਰ ਲੈਣ, ਮੈਂ ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਨਾਲ ਬਹਿਸ ਕਰਨ ਨੂੰ ਤਿਆਰ ਹਾਂ। ਵੇਖਦੇ ਹਾਂ ਕਪਤਾਨ ਸਾਹਿਬ ਬਹਿਸ ਕਰਦੇ, ਕਿਉਂਕਿ ਹੁਣ ਤਾਂ ਅਹੁਦੇ ਵੀ ਤਕਰੀਬਨ ਬਰਾਬਰ ਨੇ। ਜੇ ਕਪਤਾਨ ਸਾਹਿਬ ਸੱਤਾਧਾਰੀ ਧਿਰ ਦੇ ਮੁਖੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਮੁਖੀ ਹੈ, ਪਰ ਕੁੱਲ ਮਿਲਾ ਕੇ ਜਿੱਥੇ ਜਾ ਕੇ ਗੱਲ ਸੁਖਨੈਬ ਜੀ ਨਿਬੜਦੀ ਹੈ ਉਹ ਇੱਥੇ ਹੈ ਕਿ ਅਜੇ ਤੱਕ ਵੀ ਪੰਜਾਬ ਭਾਵੇਂ ਵਿਰੋਧੀ ਹੈ ਤੇ ਭਾਵੇਂ ਸੱਤਾਧਾਰੀ ਹੈ, ਉਹ ਲੀਡਰਸ਼ਿਪ ਪੰਜਾਬ ਦੇ ਕਿਸਾਨ ਦੀ ਸਮੱਸਿਆ ਹੱਲ ਕਰਨ ਦੀ ਥਾਂ ਉੱਥੇ ਟਿੱਕੀ ਹੋਈ ਹੈ ਕਿ ਅੰਕੜਿਆਂ ਦੇ ਘੋਲ ਦੇ ਵਿੱਚ ਅਸੀਂ ਜਿੱਤ ਜਾਈਏ ਤੇ ਜਿਸ ਨਦੀ ਦੇ ਉੱਤੇ ਕਿਸਾਨਾਂ ਦੀਆਂ ਲਾਸ਼ਾਂ ਤੁਰੀਆਂ ਚੱਲ ਫਿਰਦੀਆਂ ਉਸੇ ਨਦੀ ਦੇ ਵਿੱਚ ਆਪਣੀ ਸਿਆਸੀ ਕਿਸ਼ਤੀ ਰੋੜੀ ਜਾਂਦੇ ਆ ਕਿ ਪਹਿਲਾ ਕਿਨਾਰੇ ਮੈਂ ਲੱਭਣਾ। ਜੀ ਬਾਠ ਸਾਹਿਬ ਇੱਕ ਬ੍ਰੇਕ ਦਾ ਵੇਲਾ ਜੀ ਤੇ ਆਪਾਂ ਬ੍ਰੇਕ ਦੇ ਨਾਲ ਨਾਲ ਹੀ ਗੱਲ ਨੂੰ ਅੱਗੇ ਤੋਰਾਂਗੇ। ਮੈਂ ਦੱਸ ਦਿਆਂ ਜੀ ਕਿ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਅਤੁਲ ਕਪੂਰ ਜੀ ਨੇ ਉਹ ਦੱਸਦੇ ਆ ਕਿ ਗਲੋਬਲ ਅਲਾਇੰਸ ਸਾਡਾ 10 ਸਾਲ ਤੋਂ ਕੈਲੀਫੋਰਨੀਆ ਦੇ ਵਿਚ ਸਰਵਿਸਿਸ ਦੇ ਰਿਹਾ, ਇਹ ਉਨ੍ਹਾਂ ਦਾ ਆਪਣਾ ਬੈਨਰ ਹੈ, ਆਪਣੀ ਫਰਮ ਹੈ। ਦੱਸਦੇ ਨੇ ਕਿ ਫੈਮਿਲੀ ਇਮੀਗ੍ਰੇਸ਼ਨ, ਗ੍ਰੀਨ ਕਾਰਡ ਐਪਲੀਕੇਸ਼ਨ, ਇੰਡੀਆ ਦਾ ਵੀਜ਼ਾ, ਪਾਸਪੋਰਟ, OCI, ਗੁਰੂ ਘਰ ਦੇ ਗ੍ਰੰਥੀਆਂ ਦੇ ਵਾਸਤੇ ਵੀਜ਼ਾ ਕਢਾਉਣਾ, ਗ੍ਰੀਨ ਕਾਰਡ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ, ਇਹਦੀ ਟੈਸਟ ਦੀ ਤਿਆਰੀ ਕਰਨੀ ਹੈ ਤਾਂ ਜ਼ਰੂਰ ਤਾਲਮੇਲ ਕਰ ਲਓ ਜੀ 209-808-2136 209-808-2136। ਇੱਕ ਨੰਬਰ ਹੋਰ ਹੈ 209-952-5578 209-952-5578 ਦੇ ਉੱਤੇ ਤਾਲਮੇਲ ਕਰਨਾ ਅਤੁਲ ਕਪੂਰ ਜੀ ਹੋਰਾਂ ਦੇ ਨਾਲ। ਇੱਕ ਛੋਟੀ ਜਿਹੀ ਹੋਰ ਬ੍ਰੇਕ ਤੇ ਉਸ ਤੋਂ ਬਾਅਦ ਅਗਲੀ ਗੱਲਬਾਤ। ਰੇਡੀਓ ਚੰਨ ਪ੍ਰਦੇਸ਼ੀ ਸੁਣਦੇ ਸਰੋਤਿਆਂ ਨੂੰ ਇੱਕ ਵਾਰ ਫੇਰ ਜੀ ਆਇਆਂ ਨੂੰ ਜੀ, ਔਰ ਗੱਲਬਾਤ ਦਾ ਦੌਰ ਦੋਸਤੋ ਖਬਰਸਾਰ ਦੇ ਨਾਲ ਨਾਲ ਅੱਗੇ ਤੋਰ ਰਹੇ ਹਾਂ ਤੇ ਵਟਸਐਪ 1984 ਦੇ ਕਤਲੇਆਮ ਦੇ ਗਵਾਹਾਂ ਦੀ ਸੁਰੱਖਿਆ ਫੇਰ ਚਰਚਾ ਵਿਚ ਹੈ ਜੀ। ਸੁਖਨੈਬ ਜੀ ਇਹ ਬੜਾ ਮਹੱਤਵਪੂਰਨ ਮਸਲਾ, ਕਿਉਂਕਿ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਐਡਵੋਕੇਟ HS ਫੂਲਕਾ ਸਾਹਿਬ ਨੇ ਇਹ ਕਹਿ ਕੇ ਛੱਡੀ ਸੀ ਕਿ ਭਾਈ ਜੀ ਮੇਰੇ ਰਸਤੇ ਦੇ ਵਿਚ ਜਾਣੀ ਮੇਰੀ ਵਕਾਲਤ ਦੇ ਰਸਤੇ ਚ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ ਦੇ ਰਸਤੇ ਚ ਰੁਕਾਵਟ ਹੈ ਤਾਂ ਮੈਂ ਛੱਡ ਦਿੱਤੀ ਉਹਨਾਂ ਨੇ। ਹੁਣ ਫੂਲਕਾ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਇਹ ਦਾਅਵਾ ਕੀਤਾ ਕਿ 9 ਕੇਸ 1984 ਦੇ ਸਿੱਖ ਕਤਲੇਆਮ ਦੇ ਫੈਸਲੇ ਦੇ ਨੇੜੇ ਨੇ। ਉਹ ਕਹਿੰਦੇ ਬੜੀ ਛੇਤੀ ਛੇਤੀ ਤਰੀਕਾਂ ਪੈ ਰਹੀਆਂ, ਤਕਰੀਬਨ ਮਾਮਲਾ ਜਿਹੜਾ ਮੁਕੰਮਲ ਹੋ ਚੁੱਕਿਆ ਤੇ ਕਿਸੇ ਵੀ ਵੇਲੇ ਉਹਨਾਂ 9 ਕੇਸਾਂ ਦੇ ਨਾਲ ਸੰਬੰਧਿਤ ਫੈਸਲਾ ਆ ਸਕਦਾ। ਦੂਸਰੇ ਪਾਸੇ 242 ਮਾਮਲਿਆਂ ਨੂੰ ਮੁੜ ਸ਼ੁਰੂ ਕਰਾਉਣ ਦੇ ਲਈ ਸੁਪਰੀਮ ਕੋਰਟ ਦੇ 2 ਸਾਬਕਾ ਜੱਜਾਂ ਦੀ ਇੱਕ ਕਮੇਟੀ ਬਣ ਰਹੀ ਹੈ, ਉਹ ਕਮੇਟੀ ਨੇ ਜਿਹੜੀ ਭੁੱਖ ਪੜਤਾਲ ਸ਼ੁਰੂ ਕਰਤੀ ਹੈ, ਇਹ ਵੀ ਆਪਣੇ ਆਪ ਵਿੱਚ ਬੜਾ ਮਹੱਤਵਪੂਰਨ ਮਸਲਾ ਹੈ। ਦੂਸਰੇ ਪਾਸੇ ਹੈਰਾਨੀ ਦੀ ਗੱਲ ਇਹ ਹੋਈ ਹੈ ਜੀ, ਇਸ ਕੇਸ ਦੇ ਵਿੱਚ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਨੇ 1984 ਦੇ ਸਿੱਖ ਕਤਲੇਆਮ ਦੇ, ਉਹ ਵੱਡੇ ਲੀਡਰ ਨੇ, ਭਾਰਤ ਦੇ ਵੱਖ ਵੱਖ ਅਹੁਦਿਆਂ ਦੇ ਉੱਤੇ ਰਹੇ ਨੇ ਤੇ ਕਈ ਤਾਂ ਅਜੇ ਵੀ ਆਪੋ ਆਪਣੀਆਂ ਸਿਆਸੀ ਪਾਰਟੀਆਂ ਦੇ ਵਿੱਚ ਕਹਿੰਦੇ ਕਹਾਉਂਦੇ ਅਹੁਦਿਆਂ ਤੇ ਬੈਠੇ ਨੇ। ਉਹਨਾਂ ਦੇ ਖਿਲਾਫ਼ ਜਿਨ੍ਹਾਂ ਨੇ ਗਵਾਹੀਆਂ ਦਿੱਤੀਆਂ ਸੀ ਕਿ ਭਾਈ ਇਹਨਾਂ ਬੰਦਿਆਂ ਨੇ ਭੀੜ ਨੂੰ ਭੜਕਾਇਆ, ਉਕਸਾਇਆ, ਉਸ ਸਾਰੇ ਕਤਲੇਆਮ ਦੇ ਇਹ ਮੋਢੀ ਬਣੇ। ਉਹ ਲੋਕ ਆਮ ਨੇ, ਕੋਈ ਕਰਿਆਨੇ ਦੀ ਦੁਕਾਨ ਕਰਦਾ, ਕੋਈ ਮਾੜੀ ਮੋਟੀ ਪੈਨਸ਼ਨਾਂ ਦੀ ਦੁਕਾਨ ਲਾ ਕੇ ਬੈਠੇ, ਕਹਿੰਦੇ ਆਪਾਂ ਸਧਾਰਨ ਲੋਕ ਨੇ ਜਿਨ੍ਹਾਂ ਨੇ ਗਵਾਹੀਆਂ ਵੱਡੇ ਲੀਡਰਾਂ ਦੇ ਖਿਲਾਫ਼ ਦਿੱਤੀਆਂ। ਹੁਣ ਹੈਰਾਨੀ ਦੀ ਗੱਲ ਹੈ ਕਿ ਅਚਾਨਕ ਦਿੱਲੀ ਦੀ ਪੁਲਿਸ ਨੇ ਉਹਨਾਂ ਗਵਾਹਾਂ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈ ਲਈ। ਕੇਸ ਫੈਸਲੇ ਦੇ ਨੇੜੇ ਨੇ, ਸੁਰੱਖਿਆ ਵਾਪਸ ਲੈ ਲਈ। ਜਿਨ੍ਹਾਂ ਦੇ ਖਿਲਾਫ਼ ਗਵਾਹੀ ਦਿੱਤੀ ਹੋਈ ਹੈ ਉਹ ਵੱਡੇ ਲੋਕ ਨੇ, ਤੇ ਵੱਡੇ ਲੋਕ ਫਿਰ ਜਦੋਂ ਸੁਰੱਖਿਆ ਨਹੀਂ ਇਹਨਾਂ ਦੇ ਕੋਲ ਹੋਏਗੀ, ਕਿਸੇ ਵੇਲੇ ਕੁਝ ਵੀ ਕਰਾ ਸਕਦੇ ਆ, ਡਰਾ ਸਕਦੇ ਆ, ਧਮਕਾ ਸਕਦੇ ਆ, ਦਬਾਅ ਪਾ ਸਕਦੇ ਆ ਕਿ ਭਾਈ ਤੁਸੀਂ ਆਪਣੀਆਂ ਗਵਾਹੀਆਂ ਬਦਲੋ ਜਾਂ ਸੱਜੇ ਕਰੋ ਜਾਂ ਖੱਬੇ ਕਰੋ। ਪਰ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਮਨਜੀਤ ਸਿੰਘ ਜੀਕੇ, ਉਹ ਕਹਿੰਦੇ ਜੀ ਦਿੱਲੀ ਪੁਲਿਸ ਦਾ ਕਾਰਨਾਮਾ ਬਹੁਤ ਮਾੜਾ ਤੇ ਅਸੀਂ ਬੜੀ ਜਲਦੀ ਦਿੱਲੀ ਪੁਲਿਸ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਮਿਲਾਂਗੇ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲਾਂਗੇ ਤੇ ਜਾ ਕੇ ਦੱਸਾਂਗੇ ਕਿ ਭਾਈ ਇੰਨੇ ਵੱਡੇ ਕੇਸ ਦੇ ਵਿੱਚ ਜਿਹੜੀਆਂ ਗਵਾਹਾਂ ਦੀਆਂ ਅਚਾਨਕ ਸੁਰੱਖਿਆਵਾਂ ਜਿਹੜੀਆਂ ਵਾਪਸ ਲੈ ਲੈਣੀਆਂ ਉਹ ਆਪਣੇ ਆਪ ਦੇ ਵਿੱਚ ਬਹੁਤ ਮਾੜੀ ਗੱਲ, ਇਹਨੂੰ ਬਹਾਲ ਕਰੋ। ਤੇ ਨਾਲ ਦੀ ਨਾਲ ਮਨਜੀਤ ਸਿੰਘ ਜੀਕੇ ਨੇ ਵੀ ਕਹਿਤਾ ਕਿ ਜਦੋਂ ਤੱਕ ਸਰਕਾਰੀ ਸੁਰੱਖਿਆ ਇਹਨਾਂ ਗਵਾਹਾਂ ਨੂੰ ਵਾਪਸ ਨਹੀਂ ਮਿਲਦੀ, ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਨਿੱਜੀ ਸੁਰੱਖਿਆ ਕਰਮੀ ਜਿਹੜੇ ਉਦੋਂ ਤੱਕ ਪ੍ਰਦਾਨ ਕਰਾਂਗੇ ਕਿ ਇਹਨਾਂ ਦੀ ਪਾਈ ਹਿਫਾਜ਼ਤ ਕਰੋ। ਦੂਸਰੇ ਪਾਸੇ ਠੀਕ ਹੈ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਸਾਰਾ ਕੁਝ ਕੀਤਾ, ਉਹ ਕਹਿੰਦੇ ਜੀ ਦੇਖੋ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਬੰਦੇ ਨੇ, ਕਾਂਗਰਸੀ ਆਗੂ ਨੇ ਜਿਹਨਾਂ ਦੇ ਖਿਲਾਫ਼ ਇਹ ਸਾਰਾ ਕੰਮ ਚੱਲ ਰਿਹਾ,
ਤੇ ਹੁਣ ਦੋ ਨੰਬਰ ਦਾ ਪਲਾਨ ਕਹਿੰਦੇ ਇਹਨਾਂ ਨੇ ਸ਼ੁਰੂ ਕਰ ਲਿਆ। ਪਹਿਲਾਂ ਤਾਂ ਸਿੱਧੇ ਤੌਰ ਤੇ ਲਾਲਚ ਦਿੰਦੇ ਸੀ, ਡਰਾਉਂਦੇ ਧਮਕਾਉਂਦੇ ਸੀ, ਤੇ ਹੁਣ ਸੁਰੱਖਿਆ ਕਰਮੀ ਵਾਪਸ ਲੈ ਕੇ ਉਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਬਿਲਡ ਕਰਨ ਦਾ ਯਤਨ ਕੀਤਾ ਜਾ ਰਿਹਾ। ਹੁਣ ਠੀਕ ਹੈ ਮਨਜੀਤ ਸਿੰਘ ਜੀ ਘਿਓੜੀ ਜੇ ਪ੍ਰਾਈਵੇਟ ਸੁਰੱਖਿਆ ਕਰਮੀ ਉਹਨਾਂ ਨੂੰ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ, ਵਧੀਆ ਤਰੀਕਾਂ ਦੇ ਉੱਤੇ ਵੀ ਜਾਂਦੇ ਨੇ, ਉਹ ਵੀ ਚੰਗਾ। ਪਰ ਨਾਲ ਦੀ ਨਾਲ ਦਿੱਲੀ ਦੀ ਪੁਲਿਸ ਕਿਹਦੇ ਅਧੀਨ ਹੈ ਸੁਖਨੈਬ ਜੀ? ਦਿੱਲੀ ਦੀ ਪੁਲਿਸ ਸਿੱਧੀ ਸਿੱਧੀ ਕੇਂਦਰ ਸਰਕਾਰ ਦੇ ਅਧੀਨ ਹੈ, ਕੇਂਦਰ ਸਰਕਾਰ ਦੇ ਹੁਕਮ ਦਿੱਲੀ ਦੀ ਪੁਲਿਸ ਉੱਤੇ ਲਾਗੂ ਹੁੰਦੇ ਆ। ਤੇ ਮਨਜੀਤ ਸਿੰਘ ਜੀ ਕੋ ਰਨ ਚੇਤੇ ਰੱਖਣਾ ਚਾਹੀਦਾ ਕਿ ਦਿੱਲੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਕਿਹਦੀ ਹੈ? ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਹੈ। ਤਾਂ ਕਿਉਂ ਨੀ ਮਨਜੀਤ ਸਿੰਘ ਜੀ ਕੇ ਆਪਣੇ ਉਸ ਪ੍ਰਭਾਵ ਦਾ ਪ੍ਰਯੋਗ ਕਰਦੇ? ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਨੇ, ਮਨਜੀਤ ਸਿੰਘ ਜੀ ਕੇ ਹੋਰਾਂ ਦੀ ਆਪਣੀ ਪਾਰਟੀ ਦੇ ਬਹੁਤ ਵੱਡੇ ਲੀਡਰ ਨੇ, ਉਹਨਾਂ ਦੇ ਰਾਹੀਂ ਰਾਤੋਰਾ ਤੇ ਮਸਲਾ ਜਿਹੜਾ ਹੱਲ ਕਰਾਇਆ ਜਾ ਸਕਦਾ। ਤੁਰਨਾ ਤਾਂ ਉਧਰਲੇ ਪਾਸੇ ਨੂੰ ਵੀ ਮਨਜੀਤ ਸਿੰਘ ਜੀ ਕੇ ਹੋਰਾਂ ਨੂੰ ਜਿਹੜਾ ਉਹ ਪਏਗਾ। ਸੋ ਵੇਖਦੇ ਹਾਂ ਕਿ ਐਡਵੋਕੇਟ ਫੂਲਕਾ ਸਾਹਿਬ ਦੇ ਕੀਤੇ ਦਾਅਵੇ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਕੁ 1984 ਦੇ ਸਿੱਖ ਕਤਲੇਆਮ ਦੇ ਨਾਲ ਸੰਬੰਧਿਤ ਇਹਨਾਂ ਨੌ ਕੇਸਾਂ ਦਾ ਫੈਸਲਾ ਆਉਂਦਾ, ਤੇ ਉਸ ਫੈਸਲੇ ਤੋਂ ਉਸ ਕਤਲੇਆਮ ਦੇ ਪੀੜਤ ਪ੍ਰਭਾਵਿਤ ਪਰਿਵਾਰ ਜਿਹੜੇ ਨੇ ਉਹ ਕਿੰਨੇ ਕੁ ਹੁੰਦੇ ਨੇ ਸੰਤੁਸ਼ਟ ਜੀ? ਤੇ ਰੋਹਿੰਗੀਆ ਭਾਈਚਾਰੇ ਦਾ ਜਿਹੜਾ ਮਾਮਲਾ ਹੈ ਕਾਫੀ ਚਰਚਾ ਦੇ ਵਿੱਚ ਹੈ। ਕੱਲ ਦੇਸ਼ ਦੇ ਸੁਪਰੀਮ ਕੋਰਟ ਦੇ ਵਿੱਚ ਭਾਰਤ ਸਰਕਾਰ ਨੇ ਆਪਣਾ ਪੱਖ ਰੱਖਿਆ ਜੀ। ਸੁਖਨੈਬ ਜੀ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਪੱਖ ਰੱਖਿਆ ਤੇ ਬਹੁਤ ਸਖ਼ਤ ਪੱਖ ਰੱਖਿਆ, ਕਿਉਂਕਿ ਇੱਕ ਪਾਸੇ ਤਾਂ 14-15 ਲੱਖ ਰੋਹਿੰਗੀਆ ਭਾਈਚਾਰੇ ਦੇ ਜਿਹੜੇ ਲੋਕ ਬਰਮਾ ਦੇ ਵਿੱਚ ਫਸੇ ਹੋਏ ਨੇ, ਹੋ ਸਕਦਾ ਉਹਨਾਂ ਦੇ ਵਿੱਚੋਂ ਕੁਝ ਲੋਕ ਮਾੜੇ ਵੀ ਹੋਣਗੇ, ਕੁਝ ਐਸੀਆਂ ਸ਼ੱਕੀ ਗਤੀਵਿਧੀਆਂ ਹਿੰਸਕ ਗਤੀਵਿਧੀਆਂ ਦੇ ਵਿੱਚ ਲਿਪਤ ਵੀ ਹੋਣਗੇ, ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ। ਪਰ ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਉਹ ਤੱਥ ਹੈ ਕਿ ਇਸ ਵੇਲੇ ਹਾਲਾਤ ਇਹ ਬਣੇ ਹੋਏ ਨੇ ਕਿ ਰੋਹਿੰਗੀਆ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਉੱਥੋਂ ਦੀ ਫੌਜ ਦੇ ਦਬਾਅ ਦੇ ਕਰਕੇ ਬੰਗਲਾਦੇਸ਼ ਦੇ ਵਿੱਚ ਸ਼ਰਨ ਲੈਣ ਦੇ ਮਜਬੂਰ ਹੋਣਾ ਪਿਆ। 4 ਲੱਖ ਦੇ ਕਰੀਬ ਰੋਹਿੰਗੀਆ ਭਾਈਚਾਰੇ ਦੇ ਲੋਕ ਬੰਗਲਾਦੇਸ਼ ਪਹੁੰਚ ਚੁੱਕੇ ਨੇ, ਮਰਦੇ ਖਪਦੇ, ਕੋਈ ਪਹੁੰਚ ਗਿਆ, ਕੋਈ ਰਹਿ ਗਿਆ, ਕਿਸੇ ਦੇ ਪਰਿਵਾਰ ਦਾ ਇੱਕ ਜੀ ਪਿੱਛੇ ਰਹਿ ਗਿਆ, ਕਿਸੇ ਦੇ ਦੋ। ਮੈਨੂੰ ਤਾਂ ਕਦੇ ਕਦੇ ਸੁਖਨੈਬ ਜੀ ਲੱਗਦਾ ਹੁੰਦਾ ਕਿ 1947 ਦਾ ਵਾਕਿਆ ਤਾਂ ਆਪਾਂ ਸੁਣਿਆ ਕਿ ਭਾਈ ਉੱਥੇ ਵੱਢ ਟੁੱਕ ਹੁੰਦੀ ਸੀ ਤੇ ਉੱਥੋਂ ਭੱਜ ਕੇ ਆ ਗਿਆ, ਕਿਸੇ ਦਾ ਕੋਈ ਬਜ਼ੁਰਗ ਪਿੱਛੇ ਰਹਿ ਗਿਆ, ਕੋਈ ਬੱਚਾ ਹੀ ਰਾਹ ਵਿੱਚ ਛੱਡਿਆ, ਕਿਸੇ ਦੇ ਪਰਿਵਾਰ ਦੇ ਜੀ ਮਾਰ ਦਿੱਤੇ ਗਏ, ਕਿਸੇ ਦੇ ਜਿਹੜੇ ਆ ਉਹ ਖਪਾ ਦਿੱਤੇ ਗਏ। ਰੋਹਿੰਗੀਆ ਭਾਈਚਾਰੇ ਦੇ ਨਾਲ ਵੀ ਭਾਵੇਂ ਸਥਿਤੀਆਂ ਵੱਖਰੀਆਂ ਨੇ, ਹਾਲਾਤ ਵੱਖਰੇ ਨੇ, ਪਰ ਜਿਹੜੇ ਪਰਿਵਾਰ ਬੰਗਲਾਦੇਸ਼ ਦੇ ਵਿੱਚ ਪਹੁੰਚ ਰਹੇ ਆ ਹਾਲਾਤ ਤਾਂ ਉਹਨਾਂ ਦੇ ਵੀ ਏਦਾਂ ਦੇ ਹੀ ਹੈ। ਕਈ ਬੰਦਿਆਂ ਦੀਆਂ ਤੁਸੀਂ ਵੀਡੀਓ ਦੇਖੋ ਸੋਸ਼ਲ ਮੀਡੀਆ ਦੇ ਉੱਤੇ, ਉਹ ਕਹਿੰਦੇ ਜੀ ਮੇਰੀ ਛੋਟੀ ਜਿਹੀ ਬੱਚੀ ਰਹਿ ਗਈ, ਮੇਰੇ ਬਜ਼ੁਰਗ ਮਾਂ ਬਾਪ ਉੱਥੇ ਰਹਿ ਗਏ, ਤੇ ਉਹ ਸ਼ਾਮ ਵੇਲੇ ਅਗਲੇ ਕਹਿੰਦੇ ਆ ਕਿ ਭਾਈ ਸਵੇਰ ਤੇ ਪਿੰਡ ਤੁਹਾਡਾ ਖਾਲੀ ਹੋਣਾ ਚਾਹੀਦਾ, ਨਹੀਂ ਤਾਂ ਫਿਰ ਤੁਹਾਨੂੰ ਪਤਾ ਕੀ ਹੋਣਾ, ਜਿੰਨੇ ਕੁ ਤਾਂ ਭੱਜ ਸਕਦੇ ਆ ਭੱਜ ਜਾਂਦੇ ਆ, ਜਿਹੜਾ ਬੰਦਾ ਬੱਜਦਾ ਨੂੰ ਅੱਗ ਲਾ ਕੇ ਸਾੜ ਦਿੰਦੇ ਆ। ਹੁਣ ਹੈਰਾਨੀ ਦੀ ਗੱਲ ਹੈ ਕਿ ਜਿਸ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਚੀਨ ਤੋਂ ਸਿੱਧੀ ਫਲਾਈਟ ਬਰਮਾ ਦੀ ਫੜੀ ਸੀ, ਉਹ ਫਲਾਈਟ ਦੇ ਵਿੱਚ ਸੀ ਤੇ ਉਹ ਭਾਰਤ ਸਰਕਾਰ ਦਾ ਇੱਕ ਮੰਤਰੀ ਆ ਕਿਰਨ ਰਿਜੀਜੂ, ਉਸ ਬੰਦੇ ਨੇ ਬਿਆਨ ਦਿੱਤਾ ਸੀ, ਕਹਿੰਦੇ ਦੇਖੋ ਜੀ 40,000 ਰੋਹਿੰਗੀਆ ਮੁਸਲਮਾਨ ਭਾਰਤ ਚ ਰਹਿੰਦੇ, ਬਰਮਾ ਤੋਂ ਆਏ ਹੋਏ ਆ, 2 ਨੰਬਰ ਦੇ ਵਿੱਚ ਅਸੀਂ ਉਹਨਾਂ ਨੂੰ ਭਾਰਤ ਚ ਨਹੀਂ ਰੱਖਣਾ, ਅਸੀਂ ਉਹਨਾਂ ਨੂੰ ਵਾਪਸ ਬਰਮਾ ਭੇਜਾਂਗੇ। ਹੁਣ ਉਹਨਾਂ ਦੇ ਬਿਆਨ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਭਾਰਤ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਪਾਈ ਜਾਂਦੀ ਹੈ ਕਿ ਪਾਈਏ ਜਿਹੜੇ 40,000 ਬੰਦੇ ਨੇ ਉੱਥੇ ਸਥਿਤੀਆਂ ਬਰਮਾ ਚ ਬਹੁਤ ਖਰਾਬ ਹੈ, ਇਹਨਾਂ ਨੂੰ ਧੱਕੇ ਨਾਲ ਉਸ ਦੇਸ਼ ਦੇ ਵਿੱਚ ਵਾਪਸ ਨਾ ਭੇਜਿਆ ਜਾਵੇ, ਉਹਨਾਂ ਦੀ ਮੌਤ ਦਾ ਖਤਰਾ ਹੈ। ਜੀ ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਹਿਤਾ ਕਿ ਭਾਈ ਆਪਣਾ ਪੱਖ ਰੱਖੋ, ਦੇਖੋ ਆ ਪਟੀਸ਼ਨ ਆਈ ਹੈ। ਕੇਂਦਰ ਸਰਕਾਰ ਨੇ 16 ਸਫ਼ਿਆਂ ਦਾ ਹਲਫ਼ਨਾਮਾ ਦਿੱਤਾ ਸੁਪਰੀਮ ਕੋਰਟ ਚ, ਬਹੁਤ ਸਖ਼ਤ। ਪਹਿਲੀ ਗੱਲ, ਕੇਂਦਰ ਸਰਕਾਰ ਕਹਿੰਦੀ ਦੇਖੋ ਜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜੇ ਰੋਹਿੰਗੀਆ ਭਾਈਚਾਰੇ ਦੇ ਲੋਕ ਭਾਰਤ ਚ ਰਹਿੰਦੇ ਆ, ਇਹਨਾਂ ਦੇ ਵਿੱਚੋਂ ਬਹੁਤਿਆਂ ਦੇ ਸੰਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਹੈ, ਤੇ ISI ਦਾ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਵਿਰੋਧੀ ਸਾਜਿਸ਼ਾਂ ਘੜਨ ਦੇ ਵਿੱਚ ਉਹਦਾ ਕੋਈ ਬੰਦਾ ਸਥਾਨੀ ਨਹੀਂ। ਦੂਜੀ ਗੱਲ, ਉਹ ਕਹਿੰਦੇ ਪੂਰੀ ਦੁਨੀਆ ਨੂੰ ਵਕਤ ਪਾਇਆ ਹੋਇਆ ISIS ਇਸਲਾਮਿਕ ਸਟੇਟ ਵਾਲਿਆਂ ਨੇ, ਇਹਨਾਂ ਦੇ ਕਹਿੰਦੇ ਉਹਨਾਂ ਦੇ ਨਾਲ ਵੀ ਸੰਬੰਧ ਹੈ, ਇਸ ਕਰਕੇ ਇਹ ਲੋਕ ਜੇ ਭਾਰਤ ਦੇ ਵਿੱਚ ਰਹਿਣਗੇ ਤਾਂ ਭਾਰਤ ਦੀ ਅੰਦਰੂਨੀ ਸੁਰੱਖਿਆ ਦੇ ਲਈ ਬਹੁਤ ਵੱਡਾ ਖਤਰਾ ਬਣ ਜਾਣਗੇ। ਦੂਸਰੀ ਗੱਲ, ਉਹ ਕਹਿੰਦੇ ਕਿ ਦੇਖੋ ਅਸੀਂ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਹਾਂ ਕਿ ਕਿਹੜੇ ਦੇਸ਼ ਦੇ ਕਿਹੜੇ ਸ਼ਰਨਾਰਥੀ ਨੂੰ ਦੇਸ਼ ਦੇ ਵਿੱਚ ਰੱਖਣਾ ਤੇ ਕਿਹਨੂੰ ਕੱਢਣਾ, ਇਹ ਸਾਡੀ ਸਰਕਾਰ ਦਾ ਪਾਲਿਸੀ ਮੈਟਰ ਹੈ, ਕੇਂਦਰ ਸਰਕਾਰ ਦੇ ਇਹਨਾਂ ਫੈਸਲਿਆਂ ਦੇ ਵਿੱਚ ਕੋਰਟ ਨੂੰ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਚਲੋ 3 ਅਕਤੂਬਰ ਦਾ ਸਮਾਂ, ਮਾਣਯੋਗ ਸੁਪਰੀਮ ਕੋਰਟ ਭਾਰਤ ਨੇ ਨਿਸ਼ਚਿਤ ਕਰ ਲਿਆ ਕਿ ਆਪਾਂ ਅਗਲੀ ਕਾਰਵਾਈ ਜਿਹੜੀ ਉਦੋਂ ਕਰਾਂਗੇ, ਪਰ ਜਿਹੜੇ ਇਸ ਐਫੀਡੈਵਿਟ ਦੇ ਵਿੱਚ 5 ਮਹੱਤਵਪੂਰਨ ਚੀਜ਼ਾਂ ਕੇਂਦਰ ਸਰਕਾਰ ਨੇ ਸੁਖਨੈਬ ਜੀ ਅਦਾਲਤ ਨੂੰ ਦੱਸੀਆਂ, ਉਹਦੇ ਤੋਂ ਲੱਗਦਾ ਕਿ ਕੇਂਦਰ ਸਰਕਾਰ ਬਹੁਤ ਸਖ਼ਤ ਹੈ, ਭਾਰਤ ਦੇ ਵਿੱਚ ਉਹਨਾਂ ਰੋਹਿੰਗੀਆਂ ਦਾ ਰਹਿਣਾ ਔਖਾ ਹੋ ਜੂ। ਪਹਿਲੀ ਗੱਲ, ਉਹ ਕਹਿੰਦੇ ਲੋਕ 2 ਨੰਬਰ ਦੇ ਵਿੱਚ ਭਾਰਤ ਆਏ ਹੈ ਤੇ ਜਿਹੜੇ ਲੋਕ ਗੈਰ ਕਾਨੂੰਨੀ ਰੂਪ ਦੇ ਵਿੱਚ ਭਾਰਤ ਦਾਖਲ ਹੁੰਦੇ ਉਹਨਾਂ ਨੂੰ ਕਿਸੇ ਅਦਾਲਤ ਦੇ ਵਿੱਚ ਪਟੀਸ਼ਨ ਕਰਨ ਦਾ ਕੋਈ ਅਧਿਕਾਰ ਹੀ ਨਹੀਂ, ਇਹ ਅਧਿਕਾਰ ਕੇਵਲ ਤੇ ਕੇਵਲ ਭਾਰਤ ਦੇ ਨਾਗਰਿਕਾਂ ਦੇ ਕੋਲ ਹੈ।
ਦੂਸਰੀ ਗੱਲ ਜੀ, ਉਹ ਕਹਿੰਦੇ ਦੇਖੋ ਰੋਹਿੰਗਿਆ ਭਾਈਚਾਰੇ ਦੇ ਜਿਹੜੇ ਦਲਾਲ ਨੇ ਮਿਆਂਮਾਰ ਚ ਬੈਠੇ ਆ, ਬੰਗਾਲ ਚ ਬੈਠੇ ਆ, ਤ੍ਰਿਪੁਰਾ ਦੇ ਵਿੱਚ ਬੈਠੇ ਆ, ਤੇ ਰਾਤ ਬਰਾਤੇ ਭਾਰਤ ਤੇ ਮਿਆਂਮਾਰ ਦਾ ਜਿਹੜਾ ਬਾਰਡਰ ਇਹਨਾਂ ਨੂੰ ਪਾਰ ਕਰਾ ਕੇ ਭਾਰਤ ਚ ਭੇਜ ਦਿੱਤਾ ਜਾਂਦਾ, ਇਸੇ ਕਰਕੇ ਹੌਲੀ ਹੌਲੀ ਵੱਧਦੇ ਵੱਧਦੇ 40,000 ਹੋ ਗਏ, ਕੱਲ 80 ਹੋ ਜਾਣਗੇ, ਅਸੀਂ ਕਿੱਥੇ ਜਾਣਾ। ਤੀਸਰੀ ਗੱਲ ਉਹ ਕਹਿੰਦੇ ਭਾਰਤ ਨੇ ਅੱਜ ਤੱਕ ਕੋਈ ਸੰਧੀ ਐਸੀ ਕੀਤੀ ਨੀ ਵਿਸ਼ਵ ਪੱਧਰ ਦੇ ਉੱਤੇ ਜਿਸ ਸੰਧੀ ਦੇ ਤਹਿਤ ਭਾਰਤ ਦੇਸ਼ ਨੂੰ ਕਿਸੇ ਹੋਰ ਦੇਸ਼ ਦੇ ਰਿਫਿਊਜੀ ਆਪਣੇ ਦੇਸ਼ ਦੇ ਵਿੱਚ ਰੱਖਣ ਦੇ ਲਈ ਮਜਬੂਰ ਹੋਣਾ ਪਏ। ਸਾਨੂੰ ਕਹਿੰਦੇ ਠੀਕ ਲੱਗੇ ਅਸੀਂ ਰੱਖਣੇ ਤਾਂ ਰੱਖੀਏ, ਸਾਨੂੰ ਠੀਕ ਲੱਗੇ ਅਸੀਂ ਨਹੀਂ ਰੱਖਣੇ ਅਸੀਂ ਕੱਢ ਦਈਏ, ਸਾਨੂੰ ਕੋਈ ਵੀ ਅੰਤਰਰਾਸ਼ਟਰੀ ਸੰਸਥਾ ਜਾਂ ਦੇਸ਼ ਇਸ ਮੁੱਦੇ ਦੇ ਉੱਤੇ ਮਜਬੂਰ ਨਹੀਂ ਕਰ ਸਕਦਾ। ਅਗਲੀ ਗੱਲ ਉਹ ਕਹਿੰਦੇ ਜੇ ਦੇਖੋ ਕੁਝ ਇੱਕ ਰੋਹਿੰਗਿਆ ਭਾਈਚਾਰੇ ਦੇ ਲੋਕ ਜਿਹੜੇ ਭਾਰਤ ਦੇ ਵਿੱਚ ਬੈਠੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿ ਉਹ ਅੱਤਵਾਦੀ ਗਤੀਵਿਧੀਆਂ 'ਚ ਲੱਗੇ ਹੋਏ ਨੇ, ਉਹਨਾਂ ਨੇ ਭਾਰਤੀ ਲੋਕਾਂ ਦੇ ਨਾਂ ਦੇ ਉੱਤੇ ਫਰਜ਼ੀ ਵੋਟਰ ਕਾਰਡ ਤੇ ਫਰਜ਼ੀ ਪੈਨ ਕਾਰਡ ਵੀ ਬਣਵਾ ਲਏ, ਤੇ ਇਹ ਲੋਕ ਜਿਹੜੇ ਕਹਿੰਦੇ ਇੰਨੀ ਅੱਗੇ ਤੱਕ ਪਹੁੰਚ ਗਏ ਭਾਰਤ ਦੇ ਲਈ ਖਤਰਾ ਕਿਵੇਂ ਨਹੀਂ ਬਣ ਗਏ। ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਕਿ ਜੇ ਰੋਹਿੰਗਿਆ ਭਾਈਚਾਰੇ ਦੇ ਲੋਕ ਭਾਰਤ ਦੇ ਵਿੱਚ ਰਹੇ ਤਾਂ ਫਿਰ ਸਭ ਤੋਂ ਪਹਿਲਾਂ ਕਹਿੰਦੇ ਭਾਰਤ ਦੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਮੌਲਿਕ ਅਧਿਕਾਰਾਂ ਦਾ ਘਾਣ ਹੋਏਗਾ। ਦੂਸਰੀ ਗੱਲ ਕਹਿੰਦੇ ਦੇਸ਼ ਇਸ ਵੇਲੇ ਸਥਿਰ ਹੈ, ਸਥਿਰਤਾ ਨੂੰ ਨੁਕਸਾਨ ਹੋਣਾ, ਸਮਾਜਿਕ ਤੌਰ ਤੇ ਤਣਾਅ ਵਧਣਾ, ਕਾਨੂੰਨ ਤੇ ਵਿਵਸਥਾ ਜਿਹੜੀ ਹੈ ਵਿਗੜ ਜਾਣੀ ਹੈ। ਕਹਿਣ ਦਾ ਭਾਵ ਹੈ ਕਿ ਕੇਂਦਰ ਸਰਕਾਰ ਦੇ ਮਨਸ਼ੇ ਪੱਕੇ ਤੌਰ ਤੇ ਇਹ ਹੈ ਕਿ ਅਸੀਂ ਨਵਾਂ ਕੋਈ ਰੋਹਿੰਗਿਆ ਭਾਈਚਾਰੇ ਦਾ ਬੰਦਾ ਭਾਰਤ ਦੇ ਵਿੱਚ ਕੀ ਲਿਆਉਣਾ, ਅਸੀਂ ਪਹਿਲਾਂ ਜਿਹੜੇ ਇੱਥੇ ਟਿਕੇ ਹੋਏ 40,000 ਨੇ ਉਹਨਾਂ ਨੂੰ ਵੀ ਬਰਮਾ ਦੇ ਵਿੱਚ ਧੱਕਣਾ। ਚਲੋ ਠੀਕ ਹੈ ਭਾਈ, ਤੁਹਾਡੀ ਸਰਕਾਰ ਹੈ, ਤੁਸੀਂ ਜੋ ਕੁਝ ਕਰਨਾ ਕਰੋ, ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੀ ਜਿਹੜੀ ਛਵੀ ਹੈ, ਸਾਡੀ ਜਿਹੜੀ ਤਸਵੀਰ ਹੈ, ਜੇ ਅਸੀਂ ਇਹਨਾਂ 40,000 ਲੋਕਾਂ ਨੂੰ ਦੁਬਾਰਾ ਮੌਤ ਦੇ ਖੂਹ ਦੇ ਵਿੱਚ ਭਾਵ ਬਰਮਾ ਦੇ ਵਿੱਚ ਭੇਜਦੇ ਹਾਂ ਤਾਂ ਕਿਤੇ ਨਾ ਕਿਤੇ ਭਾਰਤ ਤੋਂ ਬਾਹਰ ਦੁਨੀਆਂ ਭਰ ਦੇ ਵਿੱਚ ਇਹ ਗੱਲ ਜਾਏਗੀ ਕਿ ਭਾਰਤ ਨੇ ਕੋਈ ਬਹੁਤਾ ਹਮਦਰਦੀ ਪੂਰਨ ਰਵੱਈਆ ਜਿਹੜਾ ਇਹਨਾਂ ਲੋਕਾਂ ਦੀ